इंडोज टीवी देख रहे सब दर्शकों का प्रोग्राम सन्मुख के एक बार फिर तो स्वागत है। नवे प्रौहने ते नवीं चर्चावां दे नाल एक बार फिर तो थोड़े सन्मुख एक नवा प्रोग्राम लैके आ चुके हैं। गल करते हैं सूबा क्वींसलैंड दे विच चल रही पैन पैसिफिक मास्टर गेम्स 2022 ਇਹਦੇ ਵਿੱਚ ਹਿੱਸਾ ਲੈਣ ਲਈ ਆਏ ਹੋਏ ਨੇ ਅਤੇ ਅੱਜ ਖੁਸ਼ੀ ਦੀ ਗੱਲ ਹੈ ਕਿ ਸਾਡੇ ਕੋਲੋਂ ਸਾਡੀ ਮਾਤ ਭੂਮੀ ਤੋਂ ਬਹੁਤ ਹੀ ਸਿਰਕੱਢ ਕਹਿ ਲਓ ਪਲੇਅਰ ਖਿਡਾਰੀ ਸਾਡੇ ਸਟੂਡੀਓ ਦੇ ਵਿੱਚ ਬਿਰਾਜਮਾਨ ਨੇ। ਮੈਂ ਹਰਜੀਤ ਲਸਾੜਾ, ਮੇਰੇ ਨਾਲ ਬਿਰਾਜਮਾਨ ਨੇ ਜਸਵਿੰਦਰ ਸਿੰਘ ਬਾਜਪਾ ਲੌਂਗੋਵਾਲ ਗੁਰਦਾਸਪੁਰ ਤੋਂ। ਨਾਲ ਦੀ ਨਾਲ ਭੈਣ ਜੀ ਸਰਬਜੀਤ ਕੌਰ ਗੁਰਦਾਸਪੁਰ ਤੋਂ। ਦੱਸਦੇ ਚੱਲਾਂ ਕਿ ਦੋਨੋਂ ਪ੍ਰਾਹੁਣੇ ਪੁਲਿਸ ਦੇ ਨਾਲ ਸੰਬੰਧਿਤ ਨੇ ਅਤੇ ਇਹ ਹਮੇਸ਼ਾ ਕੋਸ਼ਿਸ਼ ਕਰਦੇ ਨੇ ਕਿ ਇਹਨਾਂ ਮਾਸਟਰ ਗੇਮਾਂ ਦੇ ਵਿੱਚ ਹਿੱਸਾ ਲੈਣ। ਤਕਰੀਬਨ ਗੋਲਡ ਕੋਸਟ ਦੇ ਵਿੱਚ 40 ਕੁ ਦੇਸ਼ ਇਹਦੇ ਵਿੱਚ ਸ਼ਮੂਲੀਅਤ ਕਰ ਚੁੱਕੇ ਨੇ। ਕਹਿੰਦੇ 13,000 ਖਿਡਾਰੀ ਖੇਡਾਂ ਦੇ ਵਿੱਚ ਹਿੱਸਾ ਲੈ ਰਹੇ ਨੇ ਅਤੇ ਹਰ ਸਾਲ 2 ਸਾਲ ਦੇ ਵਕਫੇ ਦੇ ਵਿੱਚ ਗੋਲਡ ਕੋਸਟ ਦੇ ਵਿੱਚ ਇਹ ਗੇਮਾਂ ਕਰਵਾਈਆਂ ਜਾਂਦੀਆਂ ਨੇ ਅਤੇ ਇਹਦੀ ਸ਼ੁਰੂਆਤ ਗੋਲਡ ਕੋਸਟ ਦੇ ਵਿੱਚ ਹੋਈ ਸੀ 1990 ਤੋਂ। ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਆਪਣੇ ਪ੍ਰਾਹੁਣਿਆਂ ਦੇ ਸਮਰਥ ਹੁੰਦਾ ਹੋਇਆ ਸਭ ਤੋਂ ਪਹਿਲਾਂ ਦੋਨਾਂ ਪ੍ਰਾਹੁਣਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸ਼ੁਰੂਆਤ ਬੀਬਾ ਜੀ ਤੁਹਾਡੇ ਤੋਂ ਕਰੀਏ ਕਿ ਇੱਧਰ ਕਿਉਂਕਿ ਦੋਨੋਂ ਤੁਸੀਂ ਪੁਲਿਸ ਵਾਲੇ ਹੋ, ਜੇ ਉਦੋਂ ਸ਼ੁਰੂਆਤ ਨਾ ਕੀਤੀ ਤੁਸੀਂ ਡੰਡਾ ਚੱਕ ਲੈਣਾ ਤੇ ਵਾਈਸ ਵਰਸਾ ਹੋ ਜਾਣਾ। ਕਰ ਸਕਦੇ ਮਾਈ ਸੀਨੀਅਰ, ਇਹਨਾਂ ਤੋਂ ਹੀ ਕਰੋ ਜੀ। ਇਹ ਮੇਰੇ ਖਿਆਲ ਤੁਸੀਂ ਉਹ ਵਾਲੀ ਬੋਲੀ ਬੋਲੀ ਹੈ ਜਿਹੜੇ ਤੁਸੀਂ ਆਪਣੇ ਮਹਿਕਮੇ ਚ ਬੋਲਦੇ ਹੋ, ਸੀਨੀਅਰ ਪਹਿਲਾਂ ਹੋਣੇ ਚਾਹੀਦੇ ਨੇ। ਬਿਲਕੁਲ ਜੀ, ਬਿਲਕੁਲ ਧੰਨਵਾਦ ਕਰਦੇ ਹਾਂ ਤੁਹਾਡਾ। ਥੈਂਕ ਯੂ। ਕਾਫੀ ਕੁਝ ਅੱਜ ਦਰਸ਼ਕਾਂ ਦੇ ਸਾਹਮਣੇ ਕਰਨ ਦੇ ਲਈ। ਮੇਰਾ ਸਭ ਤੋਂ ਪਹਿਲਾ ਸਵਾਲ ਇਹੀ ਆ ਕਿ ਜਿਸ ਤਰ੍ਹਾਂ ਵਿਦੇਸ਼ਾਂ ਦੇ ਵਿੱਚ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ, ਖਾਸ ਕਰਕੇ ਆਪਾਂ ਕੁਈਨਜ਼ਲੈਂਡ ਦੀ ਗੱਲ ਕਰ ਲੈਂਦੇ ਹਾਂ, ਕਾਮਨਵੈਲਥ ਗੇਮਸ ਇੱਥੇ ਹੋ ਕੇ ਹਟੀਆਂ ਨੇ ਤੇ ਸਾਡੇ ਕੋਲ ਸਿੱਖ ਗੇਮਸ ਵੀ ਜਿਹੜੀ ਆਗਾਮੀ ਸਿੱਖ ਗੇਮਸ ਸਾਡੇ ਕੋਲ ਆਉਣੀਆਂ ਨੇ ਉਹ ਵੀ ਸਾਡੇ ਬ੍ਰਿਸਬਨ ਨੂੰ ਅਨਵਾਜੀਆਂ ਗਈਆਂ ਨੇ, ਲੇਕਿਨ ਬ੍ਰਿਸਬਨ ਦੀ ਜਗ੍ਹਾ ਤੇ ਗੋਲਡ ਕੋਸਟ ਦੇ ਵਿੱਚ ਉਸੇ ਵੈਨਿਊ 'ਚ ਹੋਣੇ ਨੇ ਜਿੱਥੇ ਤੁਸੀਂ ਪਾਰਟੀਸਪੇਟ ਕਰਕੇ ਆਏ ਹੋ, ਇਹ ਮੈਡਲਸ ਵਗੈਰਾ ਜਿੱਤੇ ਨੇ ਤੁਸੀਂ, ਖੁਸ਼ੀ ਦੀ ਗੱਲ ਹੈ। ਲੇਕਿਨ ਹਮੇਸ਼ਾ ਇੱਕ ਤੌਖਲਾ ਰਹਿੰਦਾ ਕਿ ਤੁਸੀਂ ਸ਼ਾਇਦ ਇਹਨਾਂ ਗੇਮਾਂ ਦੇ ਵਿੱਚ ਆਪਣੀ ਵਿੱਤੀ ਖਰਚਾ ਕਰਕੇ ਆਉਂਦੇ ਹੋ। ਹਾਂਜੀ, ਮੈਂ ਇਹ ਜਾਣਨਾ ਚਾਹੁੰਦਾ ਕਿ ਤੁਸੀਂ ਐਡੀ ਦੂਰੋਂ ਵਿੱਤੀ ਖਰਚਾ ਕਰਕੇ ਆਉਂਦੇ ਹੋ ਤੇ ਇੱਥੇ ਜਦੋਂ ਤੁਸੀਂ ਆਉਂਦੇ ਹੋ, ਕਿਉਂਕਿ ਇੱਥੇ ਇਹਨਾਂ ਗੇਮਾਂ ਦਾ ਥੋੜਾ ਜਿਹੜਾ ਰੁਝਾਨ ਆ ਜਾਂ ਝੁਕਾਅ ਆ ਸਾਡੀ ਭਾਈਚਾਰੇ ਦਾ, ਉਹ ਘੱਟ ਆ। ਓਲੰਪਿਕਸ ਨੂੰ ਦੇਖਣਾ ਪਸੰਦ ਕਰਦੇ ਨੇ, ਹੋਰ ਕਾਮਨਵੈਲਥ ਨੂੰ ਦੇਖਣਾ ਪਸੰਦ ਕਰਦੇ ਨੇ, ਲੇਕਿਨ ਇਹ ਜਿਹੜੀਆਂ ਮਾਸਟਰ ਗੇਮਸ ਨੇ ਉਹਨਾਂ ਵੱਲ ਥੋੜੀ ਤਵੱਜੋ ਘੱਟ ਦਿੱਤੀ ਜਾਂਦੀ ਹੈ। ਤੁਹਾਡੀ ਸਾਂਭ ਸੰਭਾਲ ਤਾਂ ਚੰਗੀ ਹੋਈ ਹੈ ਇੱਥੇ ਆ ਕੇ? ਦੇਖੋ ਜੀ, ਸਾਂਭ ਸੰਭਾਲ ਦੀ ਸਭ ਤੋਂ ਪਹਿਲਾਂ ਗੱਲ ਤੇ ਇਹ ਹੋਈ ਆ ਵੀ ਆਪਣੇ ਖਰਚੇ ਤੇ ਆਉਣ ਦੇ ਬਾਅਦ ਜੀ ਪ੍ਰੋਬਲਮ ਕਈਆਂ ਦੇ, ਜਿੱਦਾਂ ਕੋਈ ਰਿਸ਼ਤੇਦਾਰ ਸੀਗੇ ਇੱਥੇ ਜਾਂ ਉਹਨਾਂ ਨੇ ਪਿੱਕ ਕਰ ਲਿਆ ਜੀ, ਉਹ ਤੇ ਸਹੀ ਸਲਾਮਤ ਆਪਣੀ ਜਗ੍ਹਾ ਤੇ ਪਹੁੰਚ ਗਏ। ਜਿਹੜੇ ਬੰਦਿਆਂ ਨੂੰ ਬਿਲਕੁਲ ਨਵੇਂ ਸੀਗੇ ਇੱਥੇ, ਸਿਰਫ ਸਟੇਡੀਅਮ ਦਾ ਐਡਰੈਸ ਪਤਾ ਸੀਗਾ ਜੀ, ਏਅਰਪੋਰਟ ਤੋਂ ਟੈਕਸੀ ਤੇ ਕਰ ਲਈ ਉਹਨਾਂ ਨੇ, ਪਰ ਉੱਥੇ ਚ ਪਹੁੰਚਣ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਵੀ ਜਿਹੜਾ ਆਈ ਕਾਰਡ ਨੇ ਉਹ ਕਿਤੇ ਹੋਰ ਜਗ੍ਹਾ ਤੇ ਇਸ਼ੂ ਹੋਣੇ ਆ ਜੀ। ਉਹਦੇ ਵਿੱਚ ਸਮਾਨ ਜਿਹੜਾ ਵੀ ਪੰਜਾਬੀ ਆਉਂਦਾ ਜਾਂ ਕਿਤੇ ਵੀ ਸਟੇਟ ਤੋਂ ਆਏਗਾ, ਦੋ ਟੈਚੀ ਤੇ ਲੈ ਕੇ ਆਉਂਦਾ ਹੀ ਆ ਜੀ, ਤੇ ਜੇ ਉਹ 4 ਬੰਦੇ ਨੇ ਤਾਂ ਉਹਨੂੰ ਇੱਕ ਟੈਕਸੀ ਅਵੇਲੇਬਲ ਨਹੀਂ ਸੀਗੀ ਹੁੰਦੀ। ਤੇ ਉਹ ਸਭ ਤੋਂ ਵੱਡੀ ਦਿੱਕਤ ਇਹ ਹੈ ਵੀ ਦੂਜੀ ਜਗ੍ਹਾ ਤੇ ਜਾਣ ਵਾਸਤੇ ਬੜੀ ਪ੍ਰੋਬਲਮ ਕ੍ਰੀਏਟ ਹੋਈ, ਕਿਉਂਕਿ ਆਈ ਕਾਰਡ ਉੱਥੋਂ ਹੀ ਇਸ਼ੂ ਹੋਣਾ ਸੀਗਾ ਜਿਹੜਾ ਕਿ ਇਹਦੇ ਤੋਂ 7 ਤੋਂ 8 ਕਿਲੋਮੀਟਰ ਦੂਰ ਸੀ ਸਟੇਡੀਅਮ ਤੋਂ ਜੀ। ਤੇ ਇੱਥੇ ਆਉਣ ਤੇ ਇਹ ਸੀਗਾ ਵੀ ਨਾ ਤਾਂ ਸਾਨੂੰ ਅੱਗੇ ਆਪਣਾ ਬੰਦਾ ਮਿਲਿਆ, ਜਿਹੜੇ ਪਲੇਅਰ ਆਏ ਉਹਨਾਂ ਨੂੰ ਕੁਛ ਪਤਾ ਨਹੀਂ ਸੀ ਲੱਗ ਰਿਹਾ ਵੀ ਕਿੱਧਰ ਜਾਣਾ ਕੀ ਕਰਨਾ। ਜੇ ਉਹ ਇੱਥੇ 2 ਵਜੇ ਪਹੁੰਚੇ ਨੇ ਤੇ ਉਹ ਰਾਤ ਤੱਕ ਉਹਨਾਂ ਨੂੰ ਕੁਛ ਵੀ ਨਹੀਂ ਪਤਾ ਲੱਗਦਾ ਵੀ ਸਟੇ ਤੇ ਕਿੱਦਾਂ ਪਹੁੰਚਣਾ, ਹਾਲਾਂਕਿ ਇਹ ਹੋਟਲ ਦੀ ਬੁਕਿੰਗ ਕਰਕੇ ਆਏ ਨੇ ਕੁਛ। ਸਿਰਫ ਇੱਕ ਖੇਡਣ ਵਾਸਤੇ ਜਿਹੜਾ ਪਲੇਅਰ ਆਉਂਦਾ ਆ ਉਹ ਇੱਕ ਪਹਿਲਾਂ ਸਟੇਡੀਅਮ 'ਚ ਪਹੁੰਚਦਾ ਸਭ ਤੋਂ ਪਹਿਲਾਂ ਵੀ ਮੈਂ ਆਪਣੀ ਗਰਾਊਂਡ ਨੂੰ ਵੇਖਾਂ, ਆਪਣਾ ਚੈਸਟ ਨੰਬਰ ਲਵਾਂ। ਪਰ ਜਿਹੜੀ ਕੋਈ ਟੈਕਸੀ ਆਪਾਂ ਕਰਦੇ ਸੀ, ਉਬਰ ਕਰਦੇ ਆ, ਜਿਹੜਾ ਜਦੋਂ ਉੱਥੇ ਪਹੁੰਚਦਾ ਆ ਉਹ ਉੱਥੇ ਸਟੋਪ ਕਰਕੇ ਕਹਿੰਦਾ ਵੀ ਨੈਕਸਟ ਅੱਗੇ ਜਾਣਾ ਤੇ ਉਹ ਤਾਂ ਮੈਂ ਤੁਹਾਡੇ ਕੋਲ ਵੱਖਰੀ ਬਿਲਿੰਗ ਜੋ ਵੀ ਪੈਸਾ ਵੱਖਰਾ ਲੈਣਾ ਜੀ, ਤੇ ਉਹ ਕਹਿੰਦਾ ਵੀ ਮੈਂ ਇੱਥੋਂ ਤੱਕ ਬੁੱਕ ਆ
अगे मैं नहीं जा सकता, वो तुसीं दुबारे बुकिंग करो। तो सब तो वड्डी भी सानू इत्थे आण के बुकिंग करन दी सब तो वड्डी प्रॉब्लम सी जी। ते सानू जिहड़ा कि इत्थे ना जिहड़ी अपनी कम्युनिटी जां कोई पंजाबी उत्थे ना मिलन करके सब तो वड्डी दिक्कत इह नहीं कि सानू नहीं, सारे प्लेयरां नू आई तकरीबन जी। बिल्कुल काफी कह लो कि गंभीर मसला है जिहड़ा मैनू भी थोड़ा देखण पहचानण दे विच आया, इस करके मैं सब तो पहला शुरुआत इस तो कीती आ। इस रौ नू आपां गहां तुरन तो पहला मैं थोड़ा पिछे चलदा क्योंकि तुसीं पंजाब चो आए हो ਤੇ ਪੁਲਿਸ ਨਾਲ ਸੰਬੰਧਿਤ ਹੋ, ਯਕੀਨਨ ਤੁਹਾਡਾ ਜਿਹੜਾ ਪਿਛੋਕੜਾ ਖਿਡਾਰੀ ਪਿਛੋਕੜਾ ਹੋਏਗਾ, ਤੁਸੀਂ ਹੋਰ ਵੀ ਗੇਮਾਂ ਦੇ ਵਿੱਚ ਹੋਰ ਵੀ ਮੁਲਕਾਂ ਦੇ ਵਿੱਚ ਗਏ ਹੋਵੋਗੇ ਤੇ ਹੋ ਸਕਦਾ ਕਿ ਉੱਥੇ ਚੰਗੇ ਤਜਰਬੇ ਲਏ ਹੋਣ, ਇੱਥੇ ਕੋਈ ਮਾੜਾ ਤਜਰਬਾ ਹੋ ਗਿਆ ਹੋਵੇ ਜਾਂ ਇੱਥੇ ਕੁਛ ਚੰਗੇ ਜਾਂ ਉੱਥੇ ਮਾੜੇ ਹੋਏ ਹੋਣਗੇ, ਉਹਨਾਂ ਦੀਆਂ ਵੀ ਆਪਾਂ ਗੱਲਾਂ ਬਾਤਾਂ ਕਰਦੇ ਚੱਲਾਂਗੇ। ਸਰਬਜੀਤ ਜੀ ਵੱਲ ਜਾਂਦੇ ਹਾਂ, ਮੈਂ ਇਹ ਜਾਣਨਾ ਚਾਹੁੰਦਾ ਜਾਂ ਸਾਡੇ ਦਰਸ਼ਕ ਇਹ ਜਾਣਨਾ ਚਾਹੁੰਦੇ ਆ ਕਿ ਜਿਹੜੀ ਇਹ ਤੁਸੀਂ ਗੇਮਾਂ ਦੇ ਵਿੱਚ ਪਾਰਟੀਸਪੇਸ਼ਨ ਕਰਦੇ ਹੋ, ਇਹਦਾ ਕ੍ਰਾਈਟੀਰੀਆ ਕੀ ਹੈ, ਇਹਦਾ ਸਿਸਟਮ ਕੀ ਆ, ਕੀ ਤੁਹਾਨੂੰ ਉੱਥੇ ਕੋਈ ਕਲੱਬਾਂ ਸਪੌਂਸਰ ਕਰਦੀਆਂ ਜਾਂ ਕਲੱਬਾਂ ਦੇ ਕੋਲ ਤੁਹਾਨੂੰ ਜਾਣਾ ਪੈਂਦਾ ਹੈ ਜਾਂ ਵੀਜ਼ਾ ਲੈਣ ਤੱਕ ਜਾਂ ਇੱਥੇ ਪਹੁੰਚਣ ਤੱਕ ਤੁਹਾਡੇ ਇਹ ਸਿਸਟਮ ਕਿਸ ਤਰ੍ਹਾਂ ਚੱਲਦਾ? ਇਹਦੇ ਚ ਪਹਿਲਾਂ ਜਿਸ ਤਰ੍ਹਾਂ ਅਸੀਂ ਆਪਣੇ ਨੈਸ਼ਨਲ ਹੁੰਦੀ ਹੈ ਸਾਡੇ ਇੰਡੀਆ ਦੇ ਵਿੱਚ ਜੀ, ਨੈਸ਼ਨਲ ਤੋਂ ਬਾਅਦ ਸਾਡੀ ਮਤਲਬ ਅੱਗੇ ਵਰਲਡ ਵਾਸਤੇ ਜਾਂ ਏਸ਼ੀਆ ਵਾਸਤੇ ਜਿੱਦਾਂ ਮਤਲਬ ਸਾਨੂੰ ਚੁਣਿਆ ਜਾਂਦਾ ਆ, ਉਸ ਤੋਂ ਬਾਅਦ ਜਿਹੜੀਆਂ ਸਾਡੀਆਂ ਫੈਡਰੇਸ਼ਨਾਂ ਨੇ, ਪਹਿਲੀ ਗੱਲ ਤੇ ਉਹਨਾਂ ਦਾ ਵੀ ਬਹੁਤ ਮਾੜਾ ਹਾਲ ਆ ਕਿਉਂਕਿ 3-4 ਫੈਡਰੇਸ਼ਨਸ ਬਣੀਆਂ ਹੋਈਆਂ ਨੇ, ਤੇ ਉਸ ਤੋਂ ਪਹਿਲਾਂ ਬਾਅਦ ਵਿੱਚ ਸਾਡੀ ਜਿਹੜੀ ਜਿੱਦਾਂ ਹੁਣ ਅਸੀਂ ਇੱਥੇ ਹੀ ਆਉਣਾ ਸੀਗਾ ਤੇ ਇੱਥੇ ਆਉਣ ਲਈ ਸਾਨੂੰ ਸਭ ਤੋਂ ਪਹਿਲਾਂ ਆਨਲਾਈਨ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਆ, ਇੱਥੋਂ ਫਿਰ ਸਾਨੂੰ ਮੇਲ ਜਾਂਦੀ ਹੈ ਕਿ ਤੁਹਾਡੀ ਰਜਿਸਟ੍ਰੇਸ਼ਨ ਕੰਪਲੀਟ ਆ, ਓਕੇ ਆ, ਤੇ ਫਿਰ ਉਹ ਰਜਿਸਟ੍ਰੇਸ਼ਨ ਦੀ ਅਸੀਂ ਲੈਟਰ ਲਾ ਕੇ ਤੇ ਫਿਰ ਅਸੀਂ ਉਹਨੂੰ ਅੰਬੈਸੀ ਚ ਵੀਜ਼ਾ ਅਪਲਾਈ ਕਰਦੇ ਹਾਂ। ਇਹ ਜਿਹੜੀ ਤੁਸੀਂ ਕਹਿੰਦੇ ਰਜਿਸਟ੍ਰੇਸ਼ਨ ਕਰਵਾਉਂਦੇ ਹੋ, ਇੱਥੇ ਦੀ ਜਿਹੜੀ ਗੇਮਾਂ ਦੀ ਅਥਾਰਟੀ ਹੈ ਉਹਦੀ ਸਾਈਟ ਤੇ ਤੁਸੀਂ ਜਾ ਕੇ ਇਨਰੋਲ ਕਰਦੇ ਹੋਵੋਗੇ, ਉਹ ਤੁਹਾਨੂੰ ਮਾਨਤਾ ਦਿੰਦੇ ਹੋਣਗੇ ਕਿ ਹਾਂ ਅਸੀਂ ਤੁਹਾਨੂੰ ਐਜ਼ ਏ ਪਲੇਅਰ ਖਿਡਾਰੀ ਸਵੀਕਾਰ ਕਰਦੇ ਹਾਂ। ਬਿਲਕੁਲ, ਥੋੜਾ ਜਿਹਾ ਦੱਸਦੇ ਚੱਲੋਗੇ ਕਿ ਤੁਸੀਂ ਕਿਸ ਤਰ੍ਹਾਂ ਸਾਬਤ ਕਰਦੇ ਹੋ ਕਿ ਤੁਸੀਂ ਖਿਡਾਰੀ ਹੋ? ਸਾਡੇ ਐਕਚੁਲੀ ਜਿੱਦਾਂ ਅਸੀਂ ਆਪਣੇ ਨੈਸ਼ਨਲ ਦੇ ਸਰਟੀਫਿਕੇਟ ਮੈਡਲ ਜਿਹੜੇ ਉਹਨਾਂ ਦੀਆਂ ਫੋਟੋ ਸਟੇਟ ਕਰਕੇ ਤੇ ਉਹ ਅਸੀਂ ਅੰਬੈਸੀ ਦੇ ਵਿੱਚ ਦਿੰਦੇ ਆ, ਮਤਲਬ ਜੋ ਜੋ ਜਿੱਦਾਂ ਜਿੱਦਾਂ ਸਾਡੇ ਕੋਲ ਡਾਕੂਮੈਂਟਸ ਮੰਗਦੇ ਆ ਉਹ ਡਾਕੂਮੈਂਟ, ਜਿੱਦਾਂ ਸਾਡੇ ਹੁਣ ਮੈਂ ਪਿੱਛੇ ਵਰਲਡ ਪੁਲਿਸ ਗੇਮਸ ਦੇ ਵਿੱਚ ਵੀ ਜਿੱਦਾਂ ਮੇਰਾ ਗੋਲਡ ਮੈਡਲ ਸੀਗਾ, ਫਿਨਲੈਂਡ ਵੀ ਮੈਂ ਗਈ ਸੀ ਉੱਥੇ ਮੇਰੀ ਫੋਰਥ ਪਲੇਸ ਸੀਗੀ, ਉਹ ਸਾਰੇ ਮਤਲਬ ਸਰਟੀਫਿਕੇਟ ਜਿਹੜੇ ਅਸੀਂ ਪਾਰਟੀਸਪੇਟ ਦੇ ਵੀ ਆ ਜਾਂ ਆਪਣੇ ਸਾਡੇ ਨੈਸ਼ਨਲ ਦੇ ਮੈਡਲ ਦੇ ਜਾਂ ਵਰਲਡ ਲੈਵਲ ਦੇ ਉਹ ਸਾਰੇ ਅਸੀਂ ਲਗਾਉਂਦੇ ਹਾਂ ਤੇ ਉੱਥੋਂ ਸਾਬਿਤ ਹੁੰਦਾ ਉਹਨਾਂ ਨੂੰ ਕਿ ਹਾਂ ਇਹ ਵਾਕਈ ਪਲੇਅਰ ਨੇ ਜੀ। ਤੇ ਨਹੀਂ ਤੇ ਵੈਸੇ ਤੇ ਤੁਹਾਨੂੰ ਪਤਾ ਅੱਜ ਕੱਲ ਕਈ ਇਦਾਂ ਦਾ ਕੰਮ ਵੀ ਹੋ ਜਾਂਦਾ ਕਿ ਫੇਕ ਕੰਮ ਵੀ ਹੋ ਜਾਂਦੇ ਨੇ ਜੀ। ਮੇਰਾ ਇਸ਼ਾਰਾ ਵੈਸੇ ਉਸੇ ਵੱਲ ਸੀਗਾ ਕਿ ਫੇਕ ਡਾਕੂਮੈਂਟ ਲਗਾ ਕੇ ਵੀ ਉਹਨਾਂ ਨੂੰ ਸਾਬਤ ਕੀਤਾ ਜਾ ਸਕਦਾ ਕਿ ਮੈਂ ਇੱਕ ਬਹੁਤ ਘੜਾ ਪਲੇਅਰ ਆ। ਨਹੀਂ ਅੱਜ ਕੱਲ ਤੇ ਜਦੋਂ ਸਰਟੀਫਿਕੇਟ ਮਿਲਦੇ ਆ ਨਾ ਸਾਨੂੰ ਨੈਸ਼ਨਲ ਦੇ ਵੀ ਜਾਂ ਵਰਲਡ ਲੈਵਲ ਦੇ ਵੀ, ਉਹਦੇ ਪਿੱਛੇ ਇੱਕ ਲੋਗੋ ਲਗਾਇਆ ਜਾਂਦਾ, ਸਕੈਨਰ ਲਗਾਇਆ ਜਾਂਦਾ, ਉਹ ਸਕੈਨਰ ਜਿਹੜਾ ਉਹ ਸਕੈਨ ਕਰਦੇ ਆ ਅੰਬੈਸੀ ਚ ਆਨਲਾਈਨ ਸਾਰਾ ਕੁਛ ਨਿਕਲ ਆਉਂਦਾ ਆ। ਅੱਜ ਕੱਲ ਵੈਸੇ ਫੇਕ ਵਾਲਾ ਕੰਮ ਤੇ ਮੈਨੂੰ ਲੱਗਦਾ ਖਤਮ ਹੀ ਹੋ ਰਿਹਾ ਆ ਜੀ। ਭਾਈਓ ਵੀ ਮੈਂ ਅਗਲੇ ਸਵਾਲ ਤੱਕ ਆਉਣਾ, ਜਿਸ ਆਪਾਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਕਿ ਸਾਡੀ ਵੀ ਜਿਹੜੀ ਭਾਈਚਾਰਾ ਜਾਂ ਪੰਜਾਬੀ ਕਮਿਊਨਿਟੀ ਆ ਉਹਦੇ ਵੀ ਦਿਮਾਗ ਦੇ ਵਿੱਚ ਜਿੱਦਾਂ ਓਲੰਪਿਕਸ ਦਾ ਨਾਂ ਛਾਇਆ ਰਹਿੰਦਾ ਜਾਂ ਕਾਮਨਵੈਲਥ ਗੇਮਸ ਕਿਤੇ ਵੀ ਹੁੰਦੀ ਉਹਦਾ ਵੀ ਛਾਇਆ ਰਹਿੰਦਾ ਆ, ਲੇਕਿਨ ਜਿਹੜੀਆਂ ਇਹ ਵਾਲੀਆਂ ਗੇਮਸ ਨੇ ਮਾਸਟਰ ਗੇਮਸ ਨੇ ਇਹਨਾਂ ਨੂੰ ਆਪਾਂ ਕਹਿੰਦੇ ਰੀਜਨਲ ਮਲਟੀ ਸਪੋਰਟਸ ਈਵੈਂਟ। ਬਿਲਕੁਲ, ਸੋ ਓਰੀਜਨਲ ਸ਼ਬਦ ਇਸ ਦੇ ਨਾਲ ਨਾਲ ਸੰਬੋਧਨ ਕੀਤਾ ਜਾਂਦਾ ਆ। ਵੈਸੇ ਮੇਰਾ ਆਪਣਾ ਤਜਰਬਾ ਰਿਹਾ ਕਿ ਬਹੁਤ ਘੱਟ ਇਹਦੇ ਵਿੱਚ ਜਾਣਕਾਰੀ ਰੱਖਦਾ ਸਾਡਾ ਇੱਥੇ ਦਾ ਭਾਈਚਾਰਾ ਵੀ, ਤੇ ਜਦੋਂ ਤੁਸੀਂ ਚਾਈ ਆਸਟ੍ਰੇਲੀਆ ਦੀ ਧਰਤੀ ਤੇ ਆਏ ਹੋ, ਇਹਦਾ ਗੋਲਡ ਕੋਸਟ ਜਿਹੜਾ ਖੂਬਸੂਰਤ ਸ਼ਹਿਰ ਕਿਹਾ ਜਾਂਦਾ ਕਵੀਨਸ, ਉੱਥੇ ਆਏ ਹੋ, ਤੁਹਾਨੂੰ ਫਿਰ ਲੱਗਦਾ ਕਿ ਇਹ ਵਾਲੀ ਗੱਲ ਅਸਲੀਅਤ ਦੇ ਵਿੱਚ ਹੈ ਕਿ ਜਾਣਕਾਰੀ ਵੀ ਬਹੁਤ ਘੱਟ ਆ, ਤੁਹਾਨੂੰ ਦੇਖਣ ਨਹੀਂ ਆ ਰਿਹਾ ਹੈਗਾ, ਜਾਂ ਸਪੈਸ਼ਲੀ ਤੁਸੀਂ ਅਥਲੈਟਿਕ ਦੇ ਵਿੱਚ ਹੋ, ਅਥਲੈਟਿਕ ਵਾਲਿਆਂ ਤੋਂ ਵੈਸੇ ਹੀ ਕਹਿੰਦੇ ਸਵਾਈ ਘਰ ਦੇ ਦੋ ਮੈਂਬਰਾਂ ਤੋਂ ਕਈ ਵਾਰ ਬੰਦਾ ਹੀ ਨਹੀਂ ਕੋਈ ਉੱਥੇ ਹੁੰਦਾ। ਬਿਲਕੁਲ ਜੀ, ਇਹ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਤੁਸੀਂ ਤੁਹਾਡੇ ਧਿਆਨ ਚ ਆ ਚੁੱਕੀ ਹੈ ਵੈਸੇ ਵੀ ਹੈ ਜੀ, ਤੇ ਏਦਾਂ ਹੀ ਹੋਇਆ ਅੰਗਰੇਜ਼ ਲੋਕ ਜਿਹੜੇ ਇੱਥੋਂ ਦੇ ਕਾਫੀ ਲੋਕ ਉੱਥੇ ਉਹਨਾਂ ਦੇ ਨਾਲ ਸਪੋਰਟਰ ਸੀਗੇ ਜੀ, ਸਾਡੇ ਵਾਸਤੇ ਤਾਂ ਇੱਥੇ ਨਹੀਂ ਸੀ ਹੈਗੇ ਕਿਉਂਕਿ ਇਹਨਾਂ ਨੂੰ ਇਨਫੋਰਮੇਸ਼ਨ ਨਹੀਂ ਸੀ ਹੈਗੀ ਵੀ ਗੇਮਾਂ ਹੋ ਰਹੀਆਂ ਜਾਂ ਨਹੀਂ ਹੋ ਰਹੀਆਂ ਜੀ। ਤੇ ਜਿਹੜਾ ਜਦੋਂ ਆਪਾਂ ਖੇਡਣ ਵਾਸਤੇ ਆਏ ਹਾਂ, ਚਾਹੀ ਤਾਂ ਬਹੁਤ ਸੀਗਾ ਵੀ ਆਸਟ੍ਰੇਲੀਆ ਚੱਲੇ ਆਪਾਂ, ਕੰਪੀਟੀਸ਼ਨ ਤੇ ਕੰਪੀਟੀਸ਼ਨ ਹੈ ਜੀ, ਚਾਹੇ ਉਹ ਵਰਲਡ ਲੈਵਲ ਦਾ, ਚਾਹੇ ਉਹ ਡਿਸਟ੍ਰਿਕਟ ਲੈਵਲ ਦਾ, ਚਾਹੇ ਉਹ ਸਟੇਟ ਲੈਵਲ ਦਾ, ਜਦੋਂ ਅਸੀਂ ਕੰਪੀਟੀਸ਼ਨ ਖੇਡਣ ਵਾਸਤੇ ਆਉਂਦੇ ਹਾਂ ਨਾ, ਉਹ ਇੱਕ ਫੀਲਿੰਗ ਹੋਰ ਹੁੰਦੀ ਆ, ਜਿਹੜੇ ਬੰਦੇ ਨੇ ਇੰਜੋਏ ਕਰਨ ਆਉਣਾ ਜਾਂ ਕੋਈ ਹੋਰ ਚੀਜ਼ ਕਰਨ ਆਉਣਾ, ਉਹ ਇੱਕ ਹੋਰ ਚੀਜ਼ ਹੋ ਜਾਂਦੀ ਆ। ਕੰਪੀਟੀਸ਼ਨ ਜਦੋਂ ਵੀ ਅਸੀਂ ਖੇਡਣ ਆਉਂਦੇ ਹਾਂ, ਸਾਡਾ ਹਰ ਤਰ੍ਹਾਂ ਦਾ ਹੁੰਦਾ ਵੀ ਸਾਨੂੰ ਸਪੋਰਟ ਮਿਲ ਜੇ, ਕੋਈ ਆਪਣਾ ਬੰਦਾ ਮਿਲ ਜੇ ਅੱਗੋਂ, ਸਾਨੂੰ ਬੈਕਅਪ ਕਰਨ ਵਾਸਤੇ ਉੱਥੇ ਜੇ ਬੰਦੇ ਹੋ ਸਕਣ, ਤੇ ਬਹੁਤ ਵਧੀਆ ਗੱਲ ਹੋ ਜਾਂਦੀ ਜੇ ਬੰਦੇ ਨੂੰ ਦੌੜਦਾ ਨੂੰ ਕਲੈਪਿੰਗ ਕਰ ਲਾਸਟ ਪੁਆਇੰਟ ਤੱਕ ਵੀ ਜਿੱਤ ਸਕਦਾ।
ਤੇ ਜਿਹੜੇ ਸਾਡੇ ਲੋਕ ਨੇ ਜੇ ਆਪਾਂ ਓਲੰਪਿਕ ਜਾਂ ਆਪਾਂ ਕਾਮਨਵੈਲਥ ਗੇਮਾਂ ਵਾਸਤੇ ਚਾਹੁੰਦੇ ਹਾਂ ਵੀ ਸਾਡੇ ਮੈਡਲ ਕਿਉਂ ਨਹੀਂ ਆਉਂਦੇ, ਉਹ ਇਹੋ ਹੀ ਕਮੀ ਆ ਵੀ ਆਪਾਂ ਉਹ ਚੀਜ਼ ਵੇਖ ਤੇ ਲੈਂਦੇ ਹਾਂ ਵੀ ਕਾਮਨਵੈਲਥ ਚੋਂ ਮੈਡਲ ਨਹੀਂ ਆਇਆ, ਓਲੰਪਿਕ ਚੋਂ ਮੈਡਲ ਨਹੀਂ ਆ ਰਿਹਾ, ਆਪਾਂ ਸਪੋਰਟ ਕੀ ਕਰ ਰਹੇ ਹਾਂ ਉਹਦੀ ਜੀ, ਉਹ ਸਪੋਰਟਸ ਵਾਸਤੇ ਆਪਾਂ ਆਪਣੇ ਬੱਚਿਆਂ ਨੂੰ ਕੀ ਐਜੂਕੇਟ ਕਰ ਰਹੇ ਹਾਂ ਵੀ ਉਹ ਬੰਦਾ ਗੇਮ ਖੇਡੇ ਜੀ। ਹਰ ਬੰਦੇ ਦੇ ਦਿਮਾਗ ਦੇ ਵਿੱਚ ਇੱਕੋ ਭਾਰਤ ਆ ਜਾਂਦਾ, ਇੰਡੀਆ ਦੇ ਵਿੱਚ ਵੀ ਉਹ ਚੀਜ਼ ਕਰ ਦਿੱਤੀ ਆ। ਕ੍ਰਿਕਟ ਜੀ, ਕਬੱਡੀ, ਹਾਲਾਂਕਿ ਚਲੋ ਪ੍ਰਮੋਟ ਕਰ ਰਹੇ ਕਬੱਡੀ ਨੂੰ ਵੀ ਕਰ ਰਹੇ, ਕ੍ਰਿਕਟ ਕ੍ਰਿਕਟ ਦੀਆਂ ਵਰਲਡ ਦੇ ਵਿੱਚ ਕਿੰਨੀਆਂ ਟੀਮਾਂ ਹੁੰਦੀਆਂ? ਉਹਦੇ ਵਿੱਚ ਵੀ ਏਸ਼ੀਆ ਤੋਂ ਜ਼ਿਆਦਾ ਟੀਮਾਂ ਨੇ। ਠੀਕ ਹੈ ਜੀ, ਵੇਖੋ ਤੇ 100 ਮੀਟਰ ਲੈਵਲ ਦਾ ਲੈ ਕੇ ਚੱਲੋ ਤੁਸੀਂ, ਇੱਕ ਨੈਸ਼ਨਲ ਦੇ ਵਿੱਚ 100 ਤੋਂ 200 ਪਲੇਅਰ ਆ ਜਾਂਦਾ ਜੀ, ਜਿਹਨੇ ਕਿ ਉਹਦੇ ਹੀਟਸ ਹੋਣੀਆਂ, ਸੈਮੀਫਾਈਨਲ ਹੋਣੀਆਂ ਨੇ, ਕਈ ਕੁਛ ਹੋਣਾ। ਤੇ ਜੇ ਕੋਈ ਵੀ ਗੇਮ ਕਰਨੀ, ਚਾਹੇ ਤੁਸੀਂ ਕ੍ਰਿਕਟ ਹੀ ਬੱਚੇ ਨੂੰ ਕਰਾਉਣੀ ਹੈ, ਚਾਹੇ ਤੁਸੀਂ ਕਿਸੇ ਨੂੰ ਵੀ ਕੋਈ ਗੇਮ ਕਰਾਉਣੀ, ਪਹਿਲਾਂ ਅਥਲੈਟਿਕਸ ਕਰਾਉਣੀ ਪਏਗੀ। ਆਪਣਾ ਭਵਿੱਖ ਨੂੰ ਜੇ ਆਪਾਂ ਓਲੰਪਿਕ ਚੋਂ ਮੈਡਲ ਲੈਣਾ ਤੇ ਬੱਚਿਆਂ ਨੂੰ ਗਰਾਊਂਡ ਵੱਲ ਤੋਰਨਾ ਪੈਣਾ ਜੀ। ਬਿਲਕੁਲ, ਇਹਦੇ ਵਿੱਚ ਮੈਂ ਆਪਣੀ ਸਹਿਮਤੀ ਦਿੰਦਾ ਕਿ ਅਥਲੈਟਿਕ ਨੇ ਤੁਹਾਨੂੰ ਸਰੀਰਕ ਤੌਰ ਤੇ ਜਾਂ ਮਾਨਸਿਕ ਤੌਰ ਤੇ ਬੜਾ ਤਕੜਾ ਕਰਨਾ, ਫਿਰ ਤੁਸੀਂ ਉਸ ਗੇਮ ਦੇ ਵਿੱਚ ਵਧੀਆ ਫੋਕਸ ਜਾਂ ਪਾਰਟਿਸਪੇਟ ਕਰ ਸਕਦੇ ਆ। ਹਾਂਜੀ, ਚਲੋ ਹੁਣ ਗੱਲਾਂ ਬਾਤਾਂ ਇੰਡੀਆ ਤੋਂ ਦੱਸ ਦਿੱਤਾ ਵਿਆਹ ਤੰਗੀਆਂ ਤੁਰਹੀਆਂ ਸੀਗੀਆਂ, ਕਿਸੇ ਤਰ੍ਹਾਂ ਵਿੱਤੀ ਖਰਚਾ ਕਰਕੇ ਤੁਸੀਂ ਪਹੁੰਚ ਗਏ ਕਿਸੇ ਨਾ ਕਿਸੇ ਤਰ੍ਹਾਂ। ਬਿਲਕੁਲ, ਇੱਥੇ ਆ ਕੇ ਵੀ ਤੁਸੀਂ ਦੇਖਿਆ ਕਿ ਉਹ ਆਪਣਾਪਣ ਤਾਂ ਮਿਲਿਆ ਨੀ, ਕਿਉਂਕਿ ਅਵੇਅਰਨੈਸ ਹੈ ਨੀ ਸੀ ਲੋਕਾਂ ਦੇ ਵਿੱਚ, ਝੁਕਾ ਇੱਧਰ ਨੂੰ ਹੈ ਨੀਗਾ ਸੀਗਾ, ਜਿੰਨੇ ਨੂੰ ਪਤਾ ਸੀਗਾ ਉਹ ਅੱਟ ਜਲੂਣ ਦੇ ਬਰਾਬਰ ਸੀਗਾ, ਲੇਕਿਨ ਤੁਸੀਂ ਫਿਰ ਵੀ ਕੰਪੀਟੀਸ਼ਨ ਲੜੇ ਤੇ ਦਰਸ਼ਕ ਇੰਡੋ ਟੀਵੀ ਦੇ ਨਾਲ ਜੁੜੇ ਹੋਏ ਨੇ। ਮੈਂ ਦੱਸਦਾ ਕਿ ਇਹਨਾਂ ਗੇਮਾਂ ਦੇ ਵਿੱਚ ਆਸਟ੍ਰੇਲੀਆ ਤੋਂ ਤਾਂ ਤਕਰੀਬਨ ਮੇਰੇ ਖਿਆਲ 15 ਪਾਰਟਿਸਪੈਂਟ ਜਾਂ ਖਿਡਾਰੀ ਸੀਗੇ ਜਿਨ੍ਹਾਂ ਨੂੰ ਆਪਾਂ ਪੰਜਾਬੀ ਦਾ ਕੋਈ ਖਿਤਾਬ ਦੇ ਸਕਦੇ, ਪੰਜਾਬੀ ਕਮਿਊਨਿਟੀ ਨੂੰ ਬਿਲੋਂਗ ਕਰਦੇ, ਜਿਨ੍ਹਾਂ ਨੇ ਉਸ ਵਿੱਚ ਸ਼ਮੂਲੀਅਤ ਕੀਤੀ। ਲੇਕਿਨ ਪੰਜਾਬ ਤੋਂ ਜਾਂ ਉੱਧਰ ਸਾਡੇ ਨਿਊਜ਼ੀਲੈਂਡ ਤੋਂ ਜਾਂ ਬਾਕੀ ਮੁਲਕਾਂ 'ਚ ਕਾਫ਼ੀ ਪੰਜਾਬੀ ਨੇ ਸ਼ਮੂਲੀਅਤ ਕੀਤੀ ਹੈ। ਬਿਲਕੁਲ ਜੀ, ਤੇ ਇਸ ਵਾਰ ਦੇਖਣ ਦੇ ਵਿੱਚ ਆ ਗਿਆ ਪੰਜਾਬੀਆਂ ਨੇ ਮੱਲਾਂ ਵੀ ਕਾਫ਼ੀ ਮਾਰੀਆਂ ਨੇ। ਬਿਲਕੁਲ, ਚਲੋ ਮੈਡਲ ਤੁਹਾਡੇ ਪਏ ਨੇ, ਮੈਂ ਬਾਅਦ ਚ ਹੌਲੀ ਦੇਣੀ ਮੜੇ ਰਗੜ ਕੇ ਦੇਖੂਗਾ ਵੀ ਸੋਨੇ ਦਾ, ਫਿਰ ਮੈਂ ਦੇਖਣਾ ਵੀ ਇਹਨੂੰ ਚੱਕਣਾ ਚੁੱਕਣਾ ਕਿੱਦਾਂ, ਮੈਂ ਪੁਲਿਸ ਵਾਲਾ ਤਾਂ ਕਹਿੰਦੇ ਚੀਜ਼ਾਂ ਚੱਕਣੀਆਂ ਔਖੀਆਂ ਹੁੰਦੀਆਂ। ਬਿਲਕੁਲ ਜੀ, ਤੇ ਇੱਥੇ ਤੁਸੀਂ ਆ ਕੇ ਫਿਰ ਜਦੋਂ ਹਿੱਸਾ ਲੈਂਦੇ ਹੋ, ਅਗਰ ਥੋੜਾ ਜਿਹਾ ਉਹਦਾ ਸਿਸਟਮ ਸਮਝਾ ਦਿਓ, ਕਿਉਂਕਿ ਦਿਮਾਗ ਦੇ ਵਿੱਚ ਹੁੰਦਾ ਕਿ ਓਲੰਪਿਕਸ ਦੀਆਂ ਹੀਟਸ ਚੱਲਦੀਆਂ ਨੇ, ਤੁਸੀਂ ਥਰਡ ਹੀਟ ਦੇ ਵਿੱਚ ਫਾਈਨਲ ਦੇ ਵਿੱਚ ਪਹੁੰਚੇ ਹੋ, ਇੱਥੇ ਇਸ ਤਰ੍ਹਾਂ ਦਾ ਸਿਸਟਮ ਹੁੰਦਾ ਜਾਂ ਕੁਛ ਥੋੜਾ ਰਿਹਾ ਜਿਹਾ ਕੰਮ ਹੁੰਦਾ? ਨਹੀਂ ਜੀ, ਵੇਖੋ ਸੇਮ ਹੀ ਹੁੰਦਾ, ਸੇਮ ਹੁੰਦਾ। 100 ਮੀਟਰ ਚ ਇੱਥੇ ਵੀ ਹੀਟ ਸੀਗੀਆਂ, ਜਿਹੜੇ ਕੰਪੀਟੀਟਰ ਚ ਮੰਨ ਲਓ ਮੇਰਾ ਹਰਡਲ ਸੀਗਾ ਇਵੈਂਟ ਜੀ, ਹਰਡਲ ਦੇ ਵਿੱਚ 6 ਬੰਦੇ ਸੀਗੇ ਜਿਨ੍ਹਾਂ ਨੇ ਐਂਟਰੀ ਕਰਵਾਈ ਸੀ, ਕਿਉਂਕਿ ਟੈਕਨੀਕਲ ਇਵੈਂਟ ਆ, 50+ ਬਾਅਦ ਵੈਸੇ ਨਹੀਂ ਹਰਡਲ ਕੋਈ ਕਰਨ ਚਾਹੁੰਦਾ ਜੀ, ਪਰ ਉਹ ਵੀ ਜਿਹੜਾ ਟੈਕਨੀਕਲ ਬੰਦਾ ਉਹੀ ਕਰੇਗਾ। ਹੀਟ ਸੀਗੀਆਂ, ਜਿਹੜੇ ਚ ਵੀ ਨਹੀਂ ਸੀਗੀਆਂ ਹੀਟ ਸੀਗੀਆਂ ਉਹ ਡਾਇਰੈਕਟ ਫਾਈਨਲ ਸੀਗੇ, ਪਰ ਇਹਨਾਂ ਨੇ ਕ੍ਰਾਈਟੇਰੀਆ ਜਿਹੜਾ ਸੀ ਸੇਮ ਉਹੀ ਹੀ ਅਪਣਾਇਆ ਸੀਗਾ, ਪ੍ਰੋਪਰ ਤਰੀਕੇ ਨਾਲ ਕੰਪੀਟੀਸ਼ਨ ਕਰਾ ਰਹੇ ਆ, ਪਰ ਸਿਰਫ ਪਾਰਟਿਸਪੇਸ਼ਨ ਥੋੜੀ ਘੱਟ ਸੀਗੀ ਇਹਦੇ ਵਿੱਚ ਜੀ। ਥੋੜਾ ਜਿਹਾ ਆਪਣੇ ਇੰਡੀਆ ਤੋਂ ਲਾ ਲਓ ਵੀ ਸਾਨੂੰ ਵੀਜ਼ੇ ਦੀ ਪ੍ਰੋਬਲਮ ਆਉਂਦੀ ਹੈ ਜਾਂ ਕੁਛ, ਉਹਨਾਂ ਨੇ ਲੋਕਾਂ ਨੇ ਅਜੇ ਵੀ ਤੁਸੀਂ ਲੈ ਕੇ ਚੱਲੋਗੇ ਤੇ 100-200 ਲੋਕ ਨੇ ਜਿਨ੍ਹਾਂ ਨੇ ਅੰਬੈਸੀ ਦੇ ਵਿੱਚ ਅਪਲਾਈ ਕੀਤਾ, ਜਿਨ੍ਹਾਂ ਨੂੰ ਵੀਜ਼ਾ ਨਹੀਂ ਮਿਲਿਆ, ਅਜੇ ਵੀ ਪ੍ਰੋਸੈਸਿੰਗ 'ਚ ਨੇ, ਕੁਛ ਵੀਜ਼ੇ ਹਲੇ ਵੀ ਪ੍ਰੋਸੈਸਿੰਗ 'ਚ ਨੇ, ਉਦੋਂ ਤੱਕ ਖਤਮ ਹੋ ਜਾਣਾ ਜੀ। ਸਰਬਜੀਤ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਹਜੇ ਵੀ ਪ੍ਰੋਸੈਸਿੰਗ ਦੇ ਵਿੱਚ ਨੇ, ਚਲੋ ਹੁਣ ਮੈਂ ਉਹਦੇ ਵਿੱਚ ਮਦਦ ਤਾਂ ਨਹੀਂ ਕਰ ਸਕਦਾ ਹੈਗਾ, ਲੇਕਿਨ ਲੱਗਦਾ ਕਿ ਜਿਹੜਾ ਪੁਰਸ਼ਾਂ ਦੀ ਸ਼ਮੂਲੀਅਤ ਪੰਜਾਬ ਤੋਂ ਜ਼ਿਆਦਾ ਹੋਈ ਹੈ ਕਿ ਔਰਤਾਂ ਦੀ ਸ਼ਮੂਲੀਅਤ ਜ਼ਿਆਦਾ ਹੋਈ ਹੈ? ਇਸ ਵਾਰ 50-50 ਹੈ ਤਕਰੀਬਨ, 50-50 ਹੈ। ਤੇ ਉਹਦੇ ਵਿੱਚ ਮੈਡਲਸ ਹੁਣ ਰੱਖੇ ਤਾਂ ਇਹਨਾਂ ਨੇ ਦੋਨੋਂ ਆ ਆਪਣੇ ਪਾਸਿਓਂ ਕੱਢ ਗਏ, ਹੁਣ ਪਤਾ ਨਹੀਂ ਤਾਂ ਤੁਹਾਡੇ ਆ ਕਿ ਇਹਨਾਂ ਦੇ ਆ? ਇੱਕ ਮੇਰਾ ਆ, ਇੱਕ ਇਹਨਾਂ ਦਾ ਆ ਜੀ। ਇਹ ਮੈਂ ਬੰਦ ਦੱਸਿਆ ਨਹੀਂ ਹੈਗਾ, ਤੁਸੀਂ ਪੁਲਿਸ ਵਾਲੀ ਗੱਲ ਕਰ ਰਹੇ ਹੋ। ਮੇਰਾ ਇੱਕ ਇਹਨਾਂ ਜੀ, ਇੱਕ ਮੇਰਾ, ਇੱਕ ਗੋਲਡ ਆ ਜੀ 100 ਮੀਟਰ ਹਰਡਲ ਚ ਜੀ, ਤੇ ਇਹਨਾਂ ਦਾ ਸ਼ਾਰਟ ਫੁੱਟ ਦੇ ਵਿੱਚੋਂ ਗੋਲਡ ਆ। ਤੇ ਇਹਦੇ ਵਿੱਚ ਜਦੋਂ ਤੁਸੀਂ ਗੇਮਾਂ ਦੇ ਵਿੱਚ ਉੱਥੇ ਪਾਰਟਿਸਿਪੇਟ ਕਰਦੇ ਹੋ, ਕੋਈ ਤੁਹਾਡੇ ਦਾ ਲਿਮਿਟ ਵੀ ਹੁੰਦੀ ਹੈ ਕਿ ਇੰਨੀਆਂ ਗੇਮਸ ਦੇ ਵਿੱਚ ਤੁਸੀਂ ਜਾਣਾ ਜਾਂ ਇੱਕੋ ਹੀ ਗੇਮ ਖੇਡਣੀ? ਨਹੀਂ, 2 ਇਵੈਂਟ ਤੇ ਇੱਕ ਰਿਲੇ ਹੁੰਦੀ ਹੈ ਨੈਸ਼ਨਲ ਲੈਵਲ ਤੇ ਵੈਸੇ ਜੀ, ਪਰ ਇਹਨਾਂ ਨੇ 3 ਇਵੈਂਟ ਪਾਰਟਿਸਿਪੇਟ ਵਾਸਤੇ ਓਪਨ ਕੀਤਾ ਸੀ ਐਂਟਰੀ ਚ ਜੀ, 3 ਇਵੈਂਟ ਚ ਤੁਸੀਂ ਭਾਗ ਲੈ ਸਕਦੇ ਹੋ। ਤੇ ਜੇ ਅਗਰ ਕੋਈ ਕਹੇ ਕਿ ਮੈਂ ਤਾਂ ਮਲਟੀ ਟੈਲੈਂਟ ਹੈ, ਮੇਰੇ ਵਿੱਚ ਮੈਂ ਇਹਦੇ ਵਿੱਚ ਵੀ ਜਾਣਾ, ਮੈਂ ਇਹਦੇ ਵਿੱਚ ਵੀ ਜਾਣਾ, ਉਹ ਤੇ ਫਿਰ ਇਥੋਂ ਦਾ ਕ੍ਰਾਈਟੇਰੀਆ ਜੀ ਇਹਨਾਂ ਦਾ ਵੀ ਜਿੰਨੀ ਤੁਸੀਂ ਪੇ ਕਰੀ ਜਾਓਗੇ ਐਂਟਰੀ ਫੀਸ $35 ਹੈਗੀ ਸੀਗੀ, ਉਹ ਤੁਸੀਂ ਕਰ ਸਕਦੇ ਹੋ ਪਾਰਟਿਸਿਪੇਟ, ਪਰ ਇਹ ਵੀ ਤੁਸੀਂ ਆਪਣੇ ਰਿਸਕ ਤੇ ਕਰੋਗੇ। ਵੇਖੋ ਜੀ, ਜਿੰਨਾ ਚਿਰ ਤੇ ਅਸੀਂ $35 ਦੇ ਕੇ ਐਂਟਰੀ ਨਹੀਂ ਨਾ ਕਰਾਉਂਦੇ, ਉਹਨਾਂ ਚਿਰ ਸਾਡੀ ਰਜਿਸਟ੍ਰੇਸ਼ਨ ਹੀ ਨਹੀਂ ਹੁੰਦੀ, ਕਨਫਰਮ ਨਹੀਂ ਹੋਣੀ ਉਹ ਰਜਿਸਟ੍ਰੇਸ਼ਨ ਦੇ ਵਿੱਚ। ਆਪਾਂ ਜਦੋਂ ਇਹਨਾਂ ਕੋਲ ਲੈਟਰ ਲੈਣੀ ਹੈ ਪਹਿਲਾਂ ਵੀ ਅਸੀਂ ਖੇਡਣ ਵਾਸਤੇ ਆ ਰਹੇ ਹਾਂ, ਇਹਨਾਂ ਨੇ ਪੁੱਛਣਾ ਵੀ ਕਿਹੜੇ ਕਿਹੜੇ ਇਵੈਂਟ ਚ ਆ ਰਹੇ ਹੋ, ਜੇ ਅਸੀਂ 2 ਇਵੈਂਟ ਚ ਆ ਦਿੰਦੇ ਇਹਨਾਂ ਕਹਿਣਾ ਵੀ $70 ਪੇ
ਕਰੋ ਫਿਰ ਤੁਹਾਨੂੰ ਲੈਟਰ ਪਾ ਦਿੰਦੇ ਆ ਜੀ। ਤੇ ਪਰ ਇਹ ਜਿਹੜੀ ਚੀਜ਼ ਆ ਇਹੀ ਉਹਨੇ ਵੀ ਪੈਸੇ ਦੇ ਕੇ ਵੀ ਬੰਦਾ ਜੇ ਆਪਣੀ ਸਿਹਤ ਨੂੰ ਫਿੱਟ ਰੱਖ ਸਕਦਾ ਨਾ, ਇਹ ਤੋਂ ਵੱਡੀ ਨਿਆਮਤ ਕੋਈ ਨੀ ਜੀ ਹੈਗੀ। ਹੋਰ ਜੀ ਬਿਲਕੁਲ ਬਹੁਤ ਖੂਬਸੂਰਤ ਵਿਚਾਰ ਨੇ। ਸਰਬਜੀਤ ਜੀ ਵੱਲ ਚੱਲਦੇ ਕਿਤੇ, ਉਹ ਵੀ ਫਿਰ ਔਰਤਾਂ ਦੇ ਵਿੱਚ ਸ਼ਮੂਲੀਅਤ ਦੇਖੀ ਹੋਏਗੀ, ਬਾਕੀ ਜਿਹੜੇ ਦੇਸ਼ਾਂ ਦੇ ਪਾਰਟੀਸਪੈਂਟ ਆਏ ਨੇ ਉਹਨਾਂ ਨੂੰ ਵੀ ਦੇਖਿਆ ਹੋਏਗਾ। ਮੁਲਕ ਤਾਂ ਉੱਥੇ ਮੇਰੇ ਖਿਆਲ ਨਿਊਜ਼ੀਲੈਂਡ ਵਾਲੇ ਜਾਂ USA ਵਾਲੇ ਜਾਂ ਹੋਰ ਵੀ ਯੂਰੋਪੀਅਨ ਲੋਕ ਵੀ ਹੋ ਸਕਦੇ ਨੇ, ਉਹਨਾਂ ਦੇ ਮੁਕਾਬਲੇ ਦੇ ਵਿੱਚ ਜਦੋਂ ਤੁਸੀਂ ਪੰਜਾਬ ਦੇ ਆਪਣੇ ਖਿਡਾਰੀ ਦੇਖਦੇ ਹੋ, ਤੁਹਾਨੂੰ ਲੱਗਦਾ ਕਿ ਤੁਸੀਂ ਉਹਨਾਂ ਦੇ ਇਸ ਟਾਈਮ ਮੁਕਾਬਲੇ ਦੇ ਹੈਗੇ ਹੋ, ਜਾਂ ਤੁਹਾਨੂੰ ਉਹ ਵਾਲਾ ਲੈਵਲ ਪਿੱਛੋਂ ਸਪੋਰਟ ਕਰਦਾ ਹੈ ਕਿ ਤੁਸੀਂ ਸੱਚਮੁੱਚ ਉਹਨਾਂ ਦੇ ਕੰਪੀਟੀਸ਼ਨ ਦੇ ਵਿੱਚ ਆਉਂਦੇ ਹੋ? ਐਕਚੁਅਲੀ ਇਹ ਡਿਪੈਂਡ ਕਰਦਾ ਥੋੜਾ ਜਿੱਦਾਂ ਆਪਣੀ ਪ੍ਰੈਕਟਿਸ ਤੇ ਵੀ। ਜੀ ਮੈਂ ਹੁਣ ਜਿੱਦਾਂ ਡਿਸਟ੍ਰਿਕਟ ਗੁਰਦਾਸਪੁਰ ਨੂੰ ਬਿਲੋਂਗ ਕਰਦੀ ਹਾਂ, ਤੇ ਮੈਂ ਜਲੰਧਰ 10,000 ਰੈਂਟ ਤੇ ਰਹਿ ਕੇ ਰੂਮ ਲੈ ਕੇ ਤੇ ਜਲੰਧਰ ਪ੍ਰੈਕਟਿਸ ਕਰ ਰਹੀ ਹਾਂ। ਉਹ ਇੱਕ ਜਿੱਦਾਂ ਮੇਰਾ ਆਪਣਾ ਸ਼ੌਂਕ ਵੀ ਹੈ, ਇੱਕ ਮੈਂ ਆਪਣੀਆਂ ਵਰਲਡ ਪੁਲਿਸ ਵੀ ਜਿੱਦਾਂ ਇੰਡੀਆ ਪੁਲਿਸ ਚ ਵੀ ਮੈਂ ਕੰਪੀਟੀਸ਼ਨ ਲੜਨਾ ਆ। ਇਹ ਆਪਣੀ ਆਪਣੀ ਸੋਚ ਹੁੰਦੀ ਹੈ ਕਿ ਅਸੀਂ ਇਹਨਾਂ ਦੇ ਮੁਕਾਬਲੇ ਥੋੜਾ ਪਿੱਛੇ ਆ। ਹਾਂ, ਇਹਨਾਂ ਦਾ ਇਨਵਾਇਰਮੈਂਟ ਅੱਛਾ ਆ, ਗਰਾਊਂਡਸ ਅੱਛੀਆਂ ਨੇ ਇਹਨਾਂ ਕੋਲ, ਜਿੱਦਾਂ ਜਿਮ ਵਗੈਰਾ ਅੱਛੇ ਨੇ, ਉਹ ਚੀਜ਼ਾਂ ਨੂੰ ਅਸੀਂ ਜੇ ਦੇਖੀਏ ਤੇ ਉਹਨਾਂ ਚ ਅਸੀਂ ਥੋੜਾ ਪਿੱਛੇ ਆ। ਬਾਕੀ ਮਿਹਨਤ ਤੇ ਜਿਹੜੀ ਆ ਉਹ ਬੋਡੀ ਉਹਨਾਂ ਦੀ ਵੀ ਉਵੇਂ ਦੀ ਹੈ, ਸਾਡੀ ਵੀ ਉਵੇਂ ਦੀ ਹੈ। ਮਿਹਨਤ ਕਰਨ ਦਾ ਢੰਗ ਤਰੀਕਾ ਚੇਂਜ ਹੋ ਸਕਦਾ ਥੋੜਾ, ਸਹੂਲਤਾਂ ਦਾ ਫਰਕ ਪੈਂਦਾ ਥੋੜਾ ਜਿਹਾ। ਇਸ ਤਰ੍ਹਾਂ ਦੀ ਮੈਂ ਸਾਈਡ ਤੇ ਵੀ ਜਾ ਕੇ ਥੋੜੇ ਪੜ੍ਹਨ ਦੀ ਵੀ ਕੋਸ਼ਿਸ਼ ਕੀਤੀ ਸੀ, ਥੋੜੀ ਜਾਣਕਾਰੀ ਮਿਲਣ ਦੀ ਕੋਸ਼ਿਸ਼ ਕੀਤੀ। ਇਹਨਾਂ ਨੇ ਜਿਹੜੀ ਮਿਨੀਮਮ ਘੱਟ ਤੋਂ ਘੱਟ ਉਮਰ ਰੱਖੀ ਆ ਪਾਰਟੀਸਪੇਟ ਕਰਨ ਦੀ, 30 ਸਾਲ ਰੱਖੀ ਆ, ਤੇ ਉੱਪਰ ਓਪਨ ਕੀਤਾ ਹੋਵੇ 60-70 ਜਾਂ ਉੱਪਰ ਤੱਕ ਜਾ ਸਕਦੇ ਪਾਰਟੀਸਪੇਟ ਆਉਂਦੇ ਨੇ। ਬਿਲਕੁਲ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਹਾਂ ਕਿ ਮੰਨ ਲਓ ਤੁਸੀਂ 15 ਖਿਡਾਰੀ ਪੰਜਾਬ ਚੋਂ ਆਏ ਹੋ, ਤੇ ਉਹਦੇ ਵਿੱਚ ਵੱਖ ਵੱਖ ਉਮਰ ਵਰਗ ਹੋ ਸਕਦੇ ਨੇ, ਤੇ ਫਿਰ ਇੱਥੇ ਕ੍ਰਾਈਟੀਰੀਆ ਕਿਸ ਤਰ੍ਹਾਂ ਸੈੱਟ ਕਰਦੇ ਨੇ ਉਮਰ ਦੇ, ਜਿੱਦਾਂ ਕੋਈ ਵਰਗੀਕਰਨ ਕਰਦੇ ਨੇ ਕਿ 30-40, 40-50 ਜਾਂ ਇਸ ਤਰ੍ਹਾਂ ਕੁਛ? ਹਾਂਜੀ, 30 ਤੋਂ 35, 35 ਤੋਂ 40, 5-5 ਸਾਲ ਦੇ ਗਰੁੱਪ, 100 ਸਾਲ ਤੱਕ ਏਦਾਂ ਹੀ ਜੀ। ਹਾਂਜੀ, ਇਹ ਕ੍ਰਾਈਟੀਰੀਆ ਮਤਲਬ 5-5 ਸਾਲ ਦਾ ਹੀ ਜਿੱਦਾਂ ਰੱਖਦੇ, ਇਹ ਕ੍ਰਾਈਟੀਰੀਆ ਸਾਰਿਆਂ ਦੇ ਲਈ ਬਰਾਬਰ ਲਾਗੂ ਹੋਏਗਾ? ਬਿਲਕੁਲ ਬਰਾਬਰ ਜੀ, ਬਿਲਕੁਲ ਜੀ। ਸੋ ਜਿਹੜੇ ਦਰਸ਼ਕ ਹੁਣ ਇਸ ਵਕਤ ਇੰਡਸਟਰੀ ਦੇ ਨਾਲ ਜੁੜੇ ਨੇ, ਮੈਂ ਦੱਸਦਾ ਕਿ ਅਸੀਂ ਗੱਲਬਾਤ ਕਰ ਰਹੇ ਹਾਂ ਪੈਨ ਪੈਸਿਫਿਕ ਮਾਸਟਰ ਗੇਮਸ 2022 ਜੋ ਗੋਲਡ ਕੋਸਟ ਸੂਬਾ ਕੁਈਨਜ਼ਲੈਂਡ ਆਸਟ੍ਰੇਲੀਆ ਦੇ ਵਿੱਚ ਚੱਲ ਰਹੀਆਂ ਨੇ, 13 ਨਵੰਬਰ ਤੱਕ ਇਹ ਹਜੇ ਚੱਲਣਗੀਆਂ, ਅਜੇ ਸ਼ੁਰੂਆਤ ਹੋਈ, ਇਹਨਾਂ ਦੀ 2-4 ਦਿਨ ਨਿਕਲੇ ਨੇ। ਤੇ ਸਾਡੇ ਨਾਲ ਸਾਡੇ ਅੱਜ ਦੇ ਪ੍ਰਾਹੁਣੇ ਜਸਪਿੰਦਰ ਸਿੰਘ ਬਾਜਵਾ ਜੀ ਤੇ ਸਰਬਜੀਤ ਕੌਰ ਜੀ ਸਾਡੇ ਨਾਲ ਜੁੜੇ ਹੋਏ ਨੇ, ਗੱਲਾਂ ਬਾਤਾਂ ਚੱਲ ਰਹੀਆਂ ਨੇ। ਹੁਣ ਥੋੜਾ ਜਿਹਾ ਤੁਹਾਡੇ ਜਿਹੜੇ ਤਮਗੇ ਤੁਮਗੇ ਜਿਹਾ ਤੁਸੀਂ ਕੱਢ ਕੇ ਰੱਖੇ ਹੋਏ ਨੇ, ਮੈਂ ਪਹਿਲਾਂ ਪੜ੍ਹ ਲਿਆ ਸੀ, ਮੈਂ ਕਿਹਾ ਵੀ ਇੱਥੇ ਇੱਕ ਪੁਰਾਣੇ ਨਾਲ ਕੱਢ ਕੇ ਰੱਖੇ ਹੁਣ, ਠੀਕ ਹੈ ਜੀ, ਤੇ ਇਹਨਾਂ ਬਾਰੇ ਥੋੜਾ ਜਿਹਾ ਦੱਸਦੇ ਚੱਲੋ ਕਿ ਇੰਨੀਆਂ ਜਿੱਦਾਂ ਕਹਿ ਲਓ ਕਿ ਉੱਥੋਂ ਉੱਠ ਕੇ ਆਉਣਾ, ਫਿਰ ਪੱਲਿਓਂ ਐਂਟਰੀਆਂ ਵੀ ਦੇਣੀਆਂ, ਅਜੇ ਤਾਂ ਮੈਂ ਇਹ ਨਹੀਂ ਪੁੱਛਿਆ ਕਿ ਤੁਹਾਡਾ ਖਾਣ ਪੀਣ ਦਾ ਹਿਸਾਬ ਕਿਸ ਤਰ੍ਹਾਂ, ਜਾਂ ਇੱਥੇ ਦੀ ਕੋਈ ਸੰਸਥਾ ਜਾਂ ਇੱਥੇ ਦੀ ਕੋਈ ਆਪਾਂ ਧਾਰਮਿਕ ਸਥਲ ਕਹਿ ਸਕਦੇ ਜਾਂ ਗੁਰੂ ਘਰ ਕਹਿ ਸਕਦੇ, ਕੋਈ ਜਥੇਬੰਦੀ ਅੱਗੇ ਜੁੜੀ ਹੈ ਜਿਹਨਾਂ ਨੇ ਤੁਹਾਨੂੰ ਮਾੜਾ ਮੋਟਾ ਇਸ ਤਰ੍ਹਾਂ ਕੁਛ ਸਹੂਲਤ ਦਿੱਤੀ ਹੋਵੇ, ਉਹਨਾਂ ਤੇ ਵੀ ਆਪਾਂ ਗੱਲਬਾਤ ਕਰਦਾਂਗੇ। ਤੁਹਾਡੀਆਂ ਪ੍ਰਾਪਤੀਆਂ ਦੇ ਉੱਪਰ ਪਹਿਲਾਂ ਗੱਲਬਾਤ ਕਰਦੇ ਹਾਂ ਕਿ ਜਿੰਨੇ ਕੁ ਦਿਨ ਤੁਸੀਂ ਅਥਲੈਟਿਕ ਦੇ ਵਿੱਚ ਲਾ ਕੇ ਆਏਗੇ, ਅਥਲੈਟਿਕ ਉੱਥੇ ਖਤਮ ਹੋ ਚੁੱਕੀ ਹੈ, ਸੋ ਕਿਸ ਤਰ੍ਹਾਂ ਦਾ ਤੁਹਾਡਾ ਉੱਥੇ ਸਫ਼ਰ ਹੈ? ਅਥਲੈਟਿਕਸ ਦਾ ਤੇ ਸਫ਼ਰ ਬਹੁਤ ਵਧੀਆ ਜੀ, ਕੰਪੀਟੀਸ਼ਨ ਵਧੀਆ ਵੇਖਣ ਨੂੰ ਮਿਲੇ ਆ ਜੀ, ਕਾਫੀ ਸਟਰੋਂਗ ਕੰਪੀਟੀਸ਼ਨ ਸੀਗਾ, ਵੀ ਇਹ ਨਹੀਂ ਵੀ ਕੋਈ ਕਹਿ ਦਿੰਦਾ ਵੀ ਮੈਡਲ ਉੱਥੋਂ ਚੱਕ ਕੇ ਲੈ ਆਉਣਾ, ਚੱਕਣ ਵਾਲਾ ਕੰਮ ਨਹੀਂ ਹੈਗਾ ਉੱਥੇ, ਮਿਹਨਤ ਕਰਕੇ ਜਿਹੜਾ ਬੰਦਾ ਦੌੜਦਾ ਆ ਉਹ ਪਤਾ ਉਹਨੂੰ ਹੁੰਦਾ ਵੀ ਮੈਡਲ ਕਿਵੇਂ ਮਿਲਦਾ ਉੱਥੋਂ ਜੀ। ਤੇ 100 ਮੀਟਰ ਦੇ ਵਿੱਚੋਂ ਜਿੱਦਾਂ ਹਰਡਲਸ ਦੇ ਵਿੱਚੋਂ ਮੈਂ ਗੋਲਡ ਮੈਡਲ ਲਿਆ ਜੀ, ਤੇ ਉਹਦੇ ਵਿੱਚ 6 ਪਾਰਟੀਸਪੇਸ਼ਨ ਸੀਗੇ, ਤੇ ਪੂਰੀ ਫਾਈਟ ਤੇ ਮੇਰਾ ਕੰਪੀਟੀਸ਼ਨ ਸੀ, ਇਹ ਨਹੀਂ ਵੀ ਮੈਂ ਸ਼ੋਰ ਹਾਂ ਵੀ ਮੈਂ ਲੈ ਕੇ ਜਾਣਾ, ਕਿਉਂਕਿ ਜਿਹੜਾ ਬੰਦਾ ਹੋਰ ਵੀ ਪਲੇਅਰਸ ਹੁੰਦੇ ਨੇ ਉਹ ਵੀ ਆਪਣੇ ਆਪ ਨੂੰ ਜਿਹੜੇ ਪਿਛਲੇ ਸਾਲ ਦੇ ਚੈਂਪੀਅਨ ਨੇ ਉਹ ਆਪਣੀ ਇੱਜ਼ਤ ਬਚਾਉਣ ਦੀ ਖਾਤਰ ਪੂਰੀ ਮਿਹਨਤ ਕਰਦੇ ਆ। ਤੇ ਦੂਜੀ ਗੱਲ ਇਹ ਆ ਜੀ, ਵੇਖੋ ਸਭ ਤੋਂ ਵੱਡੀ ਗੱਲ ਇਹ ਹੋਈ ਆ ਵੀ ਜਿਹੜਾ ਬੰਦਾ ਗਰਾਊਂਡ 'ਚ ਆਣ ਕੇ ਕੰਪੀਟੀਸ਼ਨ ਦੇ ਵਿੱਚ ਕੁੱਦ ਗਿਆ ਨਾ ਜੀ, ਉਹਨੂੰ ਫਿਰ ਹਾਰ ਜਿੱਤਣਾ ਨਹੀਂ ਮਤਲਬ ਹੁੰਦਾ, ਫਿਰ ਉੱਥੇ ਸਿਰਫ ਹੁੰਦਾ ਵੀ ਮੈਂ ਆਪਣੀ ਇੱਜ਼ਤ ਵੀ ਬਚਾਉਣੀ ਹੈ, ਦੇਸ਼ ਵਾਸਤੇ ਕਰਨਾ ਸਭ ਕੁਛ, ਉਸ 'ਤੇ ਉਦੋਂ ਬਲੀਦਾਨ ਉੱਥੇ ਕਰਨ ਨੂੰ ਤਿਆਰ ਹੋ ਜਾਂਦਾ ਵੀ ਮੈਂ ਸਭ ਕੁਛ ਕਰਦਾ। ਵੇਖੋ ਜੀ, ਇੱਥੇ ਕਾਮਨਵੈਲਥ ਗੇਮਾਂ ਹੋਈਆਂ, ਪੂਰੀ ਫੀਲਿੰਗ ਲੈ ਕੇ ਆਏ ਅਸੀਂ ਉਹੀ ਇੰਟਰਨੈਸ਼ਨਲ ਕੰਪੀਟੀਸ਼ਨ ਦੇ ਜੀ। ਬਿਲਕੁਲ ਸਰਬਜੀਤ ਜੀ, ਮਿਲਦਾ ਜੁਲਦਾ ਸਵਾਲ ਤੁਹਾਡੇ ਮੈਂ ਸਾਹਮਣੇ ਕਰ ਦਿੰਦਾ ਜੀ, ਤੁਸੀਂ ਵੱਖ ਵੱਖ ਮੁਲਕਾਂ 'ਚ ਪਹਿਲਾਂ ਵੀ ਗਏ ਹੋ, ਜਿਸ ਤਰ੍ਹਾਂ ਤੁਸੀਂ ਯੂਰਪ ਦੀ ਵੀ ਗੱਲ ਕੀਤੀ, ਉੱਥੇ ਤੁਸੀਂ ਪੁਲਿਸ ਦੀਆਂ ਗੇਮਾਂ ਦੇ ਵਿੱਚ ਮੈਡਲ ਲੈ ਕੇ ਆਏ ਹੋ, ਜਿੰਨੇ ਵੀ ਮੁਲਕ ਤੁਸੀਂ ਘੁੰਮੇ ਹੋ, ਸਾਂਝਾ ਸਵਾਲ ਵੀ ਮੈਂ ਤੁਹਾਡੇ ਸਾਹਮਣੇ ਕੀ ਕਰ ਦਿੰਦਾ ਹੈ, ਠੀਕ ਹੈ ਜੀ,
ਅੱਜ ਤੁਸੀਂ ਗੋਲਡ ਕੋਸਟ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਇਹਨਾਂ ਖੇਡਾਂ ਦੇ ਵਿੱਚ ਹਿੱਸਾ ਲੈ ਕੇ ਆਪਣੀਆਂ ਪ੍ਰਾਪਤੀਆਂ ਸੁਣਾ ਰਹੇ ਹੋ, ਚੰਗਾ ਕਿਹੜਾ ਲੱਗਿਆ? ਚੰਗਾ ਤੇ ਜੇ ਦੇਖੋ ਕੋਈ ਵੀ ਫੋਰਨ ਕੰਟਰੀ ਆ ਸਾਰੀਆਂ ਵਧੀਆ ਹੀ ਹੁੰਦੀਆਂ ਸੀ, ਕਿਸੇ ਨੂੰ ਮਾੜਾ ਨਹੀਂ ਕਹਿੰਦੇ। ਬਟ ਜੇ ਦੇਖਿਆ ਜਾਵੇ ਜਿੱਦਾਂ ਇੱਥੇ ਸਾਨੂੰ ਥੋੜੀਆਂ ਪ੍ਰੋਬਲਮਸ ਆਈਆਂ ਨੇ ਕਿ ਇੱਥੇ ਅਸੀਂ ਜਿਹੜੇ ਅਕੋਮੋਡੇਸ਼ਨ, ਚਲੋ ਸਾਨੂੰ ਤੇ ਨਹੀਂ ਆਈ, ਜਿਹੜੇ ਮਤਲਬ ਸਾਡੇ ਨਾਲ ਦੇ ਫਰੈਂਡਸ ਨੇ ਉਹਨਾਂ ਨੂੰ ਬਹੁਤ ਪ੍ਰੋਬਲਮ ਆਈਆਂ ਜਿੱਦਾਂ ਅਕੋਮੋਡੇਸ਼ਨ। ਹੁਣ ਗੋਲਡ ਕੋਸਟ ਦੇ ਵਿੱਚ ਜੇ ਦੇਖਿਆ ਜਾਏ ਤੇ ਬਹੁਤ ਜ਼ਿਆਦਾ ਅਕੋਮੋਡੇਸ਼ਨ ਹੈਗੀ ਆ, ਬਟ ਇਹ ਹੈ ਕਿ ਉੱਥੇ ਆਲਰੇਡੀ ਸਾਰਾ ਬੁੱਕ ਹੈਗਾ, ਪਹਿਲਾਂ ਤੋਂ ਮਤਲਬ ਸਾਰਾ ਬੁੱਕ ਕਰਾਉਣਾ ਪੈਂਦਾ ਸੀਗਾ। ਹੁਣ ਬਹੁਤ ਜ਼ਿਆਦਾ ਪਲੇਅਰ ਸਾਡੇ ਜਿਹੜੇ ਖਾਸ ਕਰਕੇ ਪੰਜਾਬ ਤੋਂ ਆਏ ਨੇ ਉਹ ਬਹੁਤ ਜ਼ਿਆਦਾ ਖਰਾਬ ਹੋਏ ਆ, ਤੇ ਫਿਨਲੈਂਡ ਅਸੀਂ ਗਏ ਸੀ, ਉੱਥੇ ਸਾਨੂੰ ਬਹੁਤ ਸੋਹਣੀ ਅਕੋਮੋਡੇਸ਼ਨ ਦਿੱਤੀ ਗਈ ਸੀਗੀ। ਏਅਰਪੋਰਟ ਤੋਂ ਉਤਰ ਕੇ ਉਹਨਾਂ ਨੇ ਪ੍ਰੋਪਰ ਦੱਸਿਆ ਸੀ ਵੀ ਆਹ ਟ੍ਰੇਨ ਜਾਏਗੀ, ਆਹ ਬੱਸ ਜਾਏਗੀ, ਉੱਥੇ ਦੋ ਬੰਦੇ ਉਹਨਾਂ ਦੇ ਬੈਠੇ ਸੀਗੇ। ਤੇ ਜਿੱਦਾਂ ਇੱਥੇ ਅਸੀਂ ਆਏ ਆ, ਚਾਹੁੰਦੇ ਸੀਗੇ ਵੀ ਇੱਥੇ ਕੋਈ ਸਾਨੂੰ ਮਿਲਣਗੇ, ਆਪਣੇ ਪੰਜਾਬੀ ਹੋਣਗੇ, ਜਾਂ ਉਹਨਾਂ ਨੇ ਡਿਊਟੀ ਲਾਈ, ਚਲੋ ਐਸੋਸੀਏਸ਼ਨ ਨੇ ਉਹਨੇ ਡਿਊਟੀ ਨਹੀਂ ਲਾਈ, ਪਰ ਕਮ ਸੇ ਕਮ ਆਪਣੇ ਜਿਹੜੇ ਪੰਜਾਬੀ ਲੋਕ, ਕਮ ਸੇ ਕਮ ਸਟੇਡੀਅਮ ਦੇ ਵਿੱਚ ਵੀ ਦੋ ਬੰਦੇ ਬੈਠੇ ਹੁੰਦੇ ਜਿਹੜੇ ਕਿ ਪ੍ਰੋਪਰ ਗਾਈਡ ਕਰ ਦਿੰਦੇ, ਉਹ ਕੰਪੀਟੀਸ਼ਨ ਹੋਰ ਵਧੀਆ ਹੋ ਸਕਦਾ ਹੈ ਸਾਡੇ ਵਾਸਤੇ। ਹਾਲਾਂਕਿ ਸਾਨੂੰ ਇਹ ਲੱਗਦਾ ਹੈ ਕਿ ਯੂਰਪ ਤੋਂ ਇਲਾਵਾ ਆਸਟ੍ਰੇਲੀਆ ਦੇ ਵਿੱਚ ਸਾਡੇ ਪੰਜਾਬੀ ਜ਼ਿਆਦਾ ਨੇ ਜੀ, ਪਰ ਇੱਥੇ ਜਿੱਥੋਂ ਤੱਕ ਮੈਨੂੰ ਕਹਿਣਾ ਨਹੀਂ ਚਾਹੀਦਾ। ਹੁਣ ਜਿੱਦਾਂ ਗੁਰਦੁਆਰਿਆਂ ਦੇ ਵਿੱਚ ਹੀ ਅਸੀਂ ਦੇਖੀਏ ਕਮੇਟੀਆਂ ਬਣੀਆਂ ਹੋਈਆਂ ਨੇ, ਕਿੰਨਾ ਕਿੰਨਾ ਪੈਸਾ ਹੈ ਉਹਨਾਂ ਦੇ ਕੋਲ। ਹੁਣ ਜਿਹੜੇ ਪਲੇਅਰ ਬ੍ਰਿਸਬੇਨ ਏਅਰਪੋਰਟ ਤੇ ਉਤਰੇ ਆ, ਇੱਕ ਬੱਸ ਹੀ ਲਵਾ ਦੇਣ, ਮਤਲਬ ਕਿ ਪਲੇਅਰਸ ਨੂੰ ਉੱਥੇ ਡ੍ਰੌਪ ਕਰ ਦੇਣ, ਜਦ ਮਤਲਬ ਇੱਦਾਂ ਦਾ ਇੱਥੇ ਕੁਛ ਨਹੀਂ। ਮਾਫੀ ਚਾਹੁੰਦਾ ਮੈਂ ਵਿੱਚੋਂ ਤੁਹਾਨੂੰ ਟੋਕਿਆ, ਕਾਮਨਵੈਲਥ ਗੇਮਾਂ ਨੂੰ ਮੈਂ ਆਪਣੀ ਅੱਖ ਦੇ ਨਾਲ ਦੇਖਿਆ, ਉੱਥੇ ਕਵਰੇਜ ਵੀ ਕੀਤੀ ਆ ਜੀ, ਉਹਦੇ ਵਿੱਚ ਸਾਰਾ ਕੁਝ ਸੀ, ਬਿਲਕੁਲ ਬੱਸਾਂ ਲੱਗੀਆਂ ਹੋਈਆਂ ਸੀ, ਪ੍ਰਾਈਵੇਟ ਕਾਰਾਂ ਲੱਗੀਆਂ ਹੋਈਆਂ ਸੀ ਤੁਹਾਨੂੰ, ਈਵਨ ਕਿ ਜੇ ਤੁਹਾਡੇ ਕੋਲ ਟਿਕਟ ਉੱਥੇ ਤੁਸੀਂ ਖਰੀਦੀ ਹੋਈ ਆ, ਤੁਸੀਂ ਉਸ ਟਿਕਟ ਦੇ ਉੱਪਰ ਪੂਰਾ ਦਿਨ ਜਿਹੜਾ ਮਰਜ਼ੀ ਮੈਚ ਦੇਖੋ, ਟ੍ਰੇਨ ਦੇ ਵਿੱਚ ਤੁਸੀਂ ਉਹ ਟਿਕਟ ਦਿਖਾਉਣੀ ਆ, ਤੁਹਾਡੀ ਟ੍ਰੇਨ ਦੀ ਟਿਕਟ ਨਹੀਂ ਲੱਗ ਰਹੀ ਜਾਂ ਬੱਸ ਦੀ ਟਿਕਟ ਨਹੀਂ ਲੱਗ ਰਹੀ, ਫ੍ਰੀ ਬੱਸੇ ਲੱਗੀਆਂ ਹੋਈਆਂ। ਸ਼ਾਇਦ ਇਹ ਜਿਹੜੀ ਖੇਡ ਕਮੇਟੀ ਆ, ਸ਼ਾਇਦ ਉਹਨੂੰ ਵੀ ਧਿਆਨ ਰੱਖਣਾ ਪਏਗਾ, ਖਾਸ ਕਰਕੇ ਜੇ ਉਹਨਾਂ ਦੇ ਕਟੀਰੇ ਦੇ ਵਿੱਚ ਇਹ ਚੀਜ਼ਾਂ ਨਹੀਂ ਆਉਂਦੀਆਂ, ਬਿਲਕੁਲ, ਪਰ ਕਿਤੇ ਨਾ ਕਿਤੇ ਤੁਹਾਨੂੰ ਮੰਨਣਾ ਪਏਗਾ ਕਿ ਸਾਡੇ ਜਿਹੜਾ ਆਪਣਾ ਪੰਜਾਬੀ ਭਾਈਚਾਰਾ ਉਹ ਪਿੱਛੇ ਰਹਿ ਗਿਆ, ਬਿਲਕੁਲ ਰਹਿ ਗਿਆ, ਬਿਲਕੁਲ ਜੀ। ਫਿਨਲੈਂਡ ਦੇ ਵਿੱਚ ਸੇਮ ਸੀਗਾ, ਜਿੱਦਾਂ ਤੁਸੀਂ ਓਲੰਪਿਕ, ਉੱਥੇ ਸਾਨੂੰ ਉਹਨਾਂ ਨੇ ਜਾਂਦਿਆਂ ਏਅਰਪੋਰਟ ਤੋਂ ਕਾਰਡ ਇਸ਼ੂ ਕੀਤੇ ਸੀ ਜੀ, ਕੋਈ ਵੀ ਟ੍ਰੇਨ ਕੋਈ ਬੱਸ ਦੇ ਵਿੱਚ ਅਸੀਂ ਫ੍ਰੀ ਸਫ਼ਰ ਕਰ ਸਕਦੇ ਜਿੰਨੇ ਦਿਨ ਤੱਕ ਸਾਡਾ ਕੰਪੀਟੀਸ਼ਨ ਸੀਗਾ ਜੀ। ਤੇ ਇੱਥੇ ਇਹ ਸੀਗਾ ਵੀ ਚਲੋ ਜੇ ਆਪਣਾ ਪੰਜਾਬੀ ਭਾਈਚਾਰਾ ਜੇ ਥੋੜਾ ਕਰ ਦਿੰਦਾ, ਇਹ ਨੀ ਵੀ ਕੋਈ ਜੋ ਬੰਦੇ ਆਉਂਦੇ ਜੇ ਉਹਨਾਂ ਨੂੰ ਸਾਨੂੰ ਗਾਈਡਲਾਈਨ ਪ੍ਰੋਪਰ ਮਿਲ ਜਾਂਦੀ ਨਾ ਜੀ, ਫਿਰ ਅਸੀਂ ਕਹਿ ਸਕਦੇ ਹਾਂ ਵੀ ਅਸੀਂ ਵੀ ਪੰਜਾਬੀ ਜੀ ਉੱਥੇ ਉੱਠ ਕੇ ਆਏ ਨੇ, ਤੇ ਇਹਨਾਂ ਪਤਾ ਹਰ ਬੰਦਾ ਇੰਗਲਿਸ਼ ਨਹੀਂ ਬੋਲ ਸਕਦਾ ਜੀ। ਇੱਕ ਥੋੜਾ ਜਿਹਾ ਹੋਰ ਪੋਜ਼ਿਟਿਵ ਜੀ ਨੇਚਰ ਵਾਲਾ ਸਵਾਲ ਦੋਨਾਂ ਪ੍ਰਾਹੁਣਿਆਂ ਦੇ ਸਨਮੁਖ ਰੱਖਦਾ। ਯਕੀਨਨ ਜਦੋਂ ਤੁਸੀਂ ਇੱਕ ਮੁਲਕ ਤੋਂ ਦੂਜੇ ਮੁਲਕ ਆਉਂਦੇ ਹੋ, ਕੁਝ ਚੰਗਾ ਵੀ ਦੇਖਣ ਨੂੰ ਮਿਲਦਾ ਤੇ ਕੁਝ ਬੁਰਾ ਵੀ ਦੇਖਣ ਨੂੰ ਮਿਲਦਾ, ਚਲੋ ਮਾੜੇ ਮੋਟੇ ਤਜਰਬੇ ਕੇਵਲ ਖੱਟੇ ਵੀ ਹੋ ਜਾਂਦੇ ਨੇ। ਵੈਸੇ ਕਿ ਬਤੌਰ ਖਿਡਾਰੀ ਸ਼ਖਸੀਅਤ ਹੋਵੇ ਕਿਸੇ ਦੀ, ਤੇ ਉਹਦੇ ਲਈ ਫਿਰ ਇਹ ਜਿਹੜੀਆਂ ਮਾਸਟਰ ਗੇਮਸ ਨੇ ਜਿਹਦੀ ਸਮਾਂ ਸੀਮਾ ਨਹੀਂ ਕੋਈ ਰਹਿਣੀ ਹੈਗੀ, ਕਿਉਂਕਿ ਚਾਕਾ ਚੱਲਦਾ ਰਹਿੰਦਾ ਕਿ ਮੈਂ ਹੋਰ ਗਾਵਾਂ ਜਾਵਾਂ, ਮੈਂ ਹੋਰ ਗਾਵਾਂ ਜਾਵਾਂ, ਇਹਦੀ ਤੁਹਾਡੇ ਲਈ ਪਰਿਭਾਸ਼ਾ ਕੀ ਹੈ? ਜਾਂ ਆਪਣੇ ਪਰਿਵਾਰ ਦੇ ਵਿੱਚ ਤੁਹਾਡੇ ਬੱਚੇ ਨੇ, ਸਾਡੇ ਬੱਚੇ ਜਿਹੜੇ ਨੇ ਸਾਨੂੰ ਵੇਖ ਕੇ ਉਸ ਪ੍ਰੋਪਰ ਆਧਾਰ ਤੇ ਚੱਲਣਗੇ। ਮੈਡਲ ਤੇ ਜੀ ਮੈਡਲ ਆ, ਚਾਹੇ ਜਦੋਂ ਲੈ ਕੇ ਵਿਖਾਉਣਾ ਹੈ ਵੀ ਮੈਡਲ, ਜਦੋਂ ਮੈਡਲ ਦੇਖੇਗਾ ਬੱਚਾ ਉਹ ਵੀ ਸਾਡੇ ਨਾਲ ਗਰਾਊਂਡ 'ਚ ਜਾਣਾ ਸ਼ੁਰੂ ਕਰੇਗਾ। ਗਰਾਊਂਡ 'ਚ ਜਦੋਂ ਜਾਏਗਾ, ਇੱਕ ਤਾਂ ਰੁਝਾਨ ਜਿਹੜਾ ਨਸ਼ਿਆਂ ਦਾ ਹੈ ਜਾਂ ਮੋਬਾਈਲ ਦਾ ਸਭ ਤੋਂ ਵੱਡਾ, ਤੇ ਬੱਚਾ ਉੱਠਦਾ ਸਵੇਰੇ ਮੋਬਾਈਲ ਫੜਦਾ, ਜੇ ਪੇਰੈਂਟਸ ਗਰਾਊਂਡ ਵੱਲ ਜਾ ਰਹੇ ਨੇ ਤੇ ਬੱਚੇ ਦਾ ਨੈਚੁਰਲੀ ਵੀ ਧਿਆਨ ਉੱਧਰ ਜਾਣਾ ਜਾਏਗਾ। ਤੇ ਅਸੀਂ ਵੀ ਇਹੋ ਚਾਹੁੰਦੇ ਹਾਂ ਵੀ ਬੱਚਿਆਂ ਨੂੰ ਗਰਾਊਂਡ ਨਾਲ ਜੋੜਿਆ ਜਾਵੇ, ਤਾਂ ਜੋ ਬੱਚੇ ਹੱਸਣ ਖੇਡਣ ਆਪਣਾ, ਬਹੁਤ ਵਧੀਆ ਬੱਚਿਆਂ ਦਾ ਜਿਹੜਾ ਭਵਿੱਖ ਬਣ ਸਕੇ ਇਸ ਚੀਜ਼ ਦੇ ਵਿੱਚ। ਜਿਹੜੀਆਂ ਵੈਨਿਊ ਦੇ ਵਿੱਚ ਤੁਸੀਂ ਇਹ ਖੇਡਾਂ ਖੇਡ ਕੇ ਆਏ ਹੋ, ਸਾਡੀਆਂ ਅਗਲੀਆਂ ਜਿਹੜੀਆਂ ਸਿੱਖ ਗੇਮਸ ਨੇ, ਆਸਟ੍ਰੇਲੀਆ ਸਿੱਖ ਗੇਮਸ ਨੇ, ਉਹ ਵੀ ਕਹਿੰਦੇ ਇਸੇ ਵੈਨਿਊ ਦੇ ਵਿੱਚ, ਖੂਬਸੂਰਤ ਵੈਨਿਊ ਦੇ ਵਿੱਚ ਕਰਾਉਣ ਜਾ ਰਹੇ ਨੇ, ਅਗਰ ਦੁਬਾਰਾ ਮੌਕਾ ਮਿਲੇ ਤਾਂ ਆਸਟ੍ਰੇਲੀਆ ਆਉਣਾ ਚਾਹੋਗੇ? ਬਿਲਕੁਲ ਜੀ, ਖੇਡਾਂ ਵਾਸਤੇ ਹੀ ਆਉਣਾ ਚਾਹਾਂਗੇ, ਤਾਂ ਅਸੀਂ ਤਾਂ ਪੰਜਾਬੀ ਸਿੱਖ ਗੇਮਸ ਦੇ ਵਿੱਚ ਅਸੀਂ ਕਹਿੰਦੇ ਪੂਰੇ ਵਰਲਡ ਤੋਂ ਸਿੱਖ ਆਉਣੇ ਚਾਹੀਦੇ।
ਇਹਨਾਂ ਦੀ ਐਡਵਰਟਾਈਜ਼ਮੈਂਟ ਹੋਣੀ ਚਾਹੀਦੀ ਵੀ ਕਿਤੋਂ ਵੀ ਬੰਦਾ ਆਣ ਕੇ ਭਾਗ ਲੈ ਸਕਦਾ ਤੇ ਅਸੀਂ ਚਾਹੁੰਦੇ ਵੀ ਉਹਦੇ ਵਿੱਚ ਅਥਲੈਟਿਕਸ ਦੇ ਵੀ ਈਵੈਂਟ ਜਿਹੜੇ ਨੇ ਵੱਧ ਤੋਂ ਵੱਧ ਰੱਖਣ ਤੇ ਲੋਕਾਂ ਨੂੰ ਅਵੇਅਰਨੈਸ ਹੋਵੇ ਤੇ ਆਪਣੇ ਬੱਚਿਆਂ ਦੇ ਵਾਸਤੇ ਵੀ ਈਵੈਂਟ ਰੱਖਣ ਤਾਂ ਜੋ ਬੱਚੇ ਵੀ ਜਦੋਂ ਆਪਾਂ ਕਬੱਡੀ ਖੇਡਦਾ ਜੇ ਬਾਪ ਕਬੱਡੀ ਖੇਡਦਾ ਜੇ ਬੱਚਾ ਦੇਖੇਗਾ ਜਾ ਕੇ ਨਾ ਕਬੱਡੀ ਖੇਡਦੇ ਨੂੰ ਉਹ ਤਾਂ ਬੈਠੇ ਬੈਠੇ ਨੈਚੁਰਲੀ ਜੋਸ਼ ਆ ਜਾਏਗਾ ਵੀ ਮੈਂ ਵੀ ਕੁਛ ਕਰਨਾ ਤੇ ਅਸੀਂ ਚਾਹੁੰਦੇ ਹਾਂ ਵੀ ਬੱਚਿਆਂ ਨੂੰ ਅਥਲੈਟਿਕਸ ਦੇ ਵਿੱਚ ਉਹਨਾਂ ਦਾ ਈਵੈਂਟ ਰੱਖੇ ਜਾਣ ਇਹਨਾਂ ਦੇ ਨਾਲ ਤੇ ਵਧੀਆ ਕਰਨ ਕਿਉਂਕਿ ਅੱਜ ਅਸੀਂ ਦੇਖ ਕੇ ਆਏ ਉੱਥੇ ਸਾਡੇ ਈਵੈਂਟ ਤੋਂ ਬਾਅਦ ਖਤਮ ਹੋਣ ਤੋਂ ਬਾਅਦ ਇੱਕ ਛੋਟੇ ਬੱਚਿਆਂ ਦੀ ਕਲੱਬ ਸੀ ਘੱਟੋ ਘੱਟ ਜਿਹੜੇ 35 ਤੋਂ 40 ਬੱਚੇ ਉੱਥੇ ਟ੍ਰੇਨਿੰਗ ਕਰਨੀ ਸ਼ੁਰੂ ਵੀ ਕਰ ਦਿੱਤੀ ਸੀ ਅੰਗਰੇਜ਼ਾਂ ਦੇ ਬੱਚਿਆਂ ਨੇ ਜੀ ਬਹੁਤ ਖੂਬਸੂਰਤ ਘਾਟਾ ਕਈ ਵਾਰ ਜ਼ਰੂਰ ਰਹਿ ਜਾਂਦੀਆਂ ਨੇ ਕਿਉਂਕਿ ਵੱਡੇ ਇਹ ਸਮਾਗਮ ਹੁੰਦੇ ਨੇ ਤੇ ਕਈ ਵਾਰ ਭਾਈਚਾਰੇ ਦੇ ਵਿੱਚ ਉਹਦੀ ਜਿਹੜੀ ਅਵੇਅਰਨੈਸ ਹੁੰਦੀ ਹੈ ਉਹ ਉਹਦੀ ਘਾਟ ਰਹਿ ਜਾਂਦੀ ਹੈ ਜਿਹਦੇ ਕਰਕੇ ਪ੍ਰਬੰਧਨ ਦੇ ਵਿੱਚ ਫਿਰ ਮੁਸ਼ਕਲਾਂ ਆਉਂਦੀਆਂ ਨੇ ਲੇਕਿਨ ਕਾਫੀ ਕੁਛ ਇਹੋ ਜਿਹਾ ਤੁਹਾਡੇ ਜ਼ਿਹਨ ਦੇ ਵਿੱਚ ਵੀ ਰਹਿ ਗਿਆ ਹੋਏਗਾ ਜਿਹੜਾ ਬਹੁਤ ਚੰਗਾ ਲੱਗਿਆ ਹੋਏਗਾ ਉਹਦੇ ਵਿੱਚ ਅਗਰ ਤੁਸੀਂ ਕਿਸੇ ਦਾ ਨਾਮ ਲੈਣਾ ਚਾਹੋ ਜਾਂ ਚਰਚਾ ਛੇੜਨੀ ਚਾਹੋ ਜਦੋਂ ਪਹਿਲੇ ਦਿਨ ਤੇ ਮੇਰਾ ਈਵੈਂਟ ਸੀਗਾ ਸ਼ਾਰਟਪੁੱਟ ਸੇਮ ਡੇ ਸ਼ਾਇਦ ਆਪਾਂ ਨੂੰ ਪਤਾ ਲੱਗ ਗਿਆ ਸੀਗਾ ਮਤਲਬ ਕਿ ਇੱਥੋਂ ਕਿ ਬ੍ਰਿਸਬੇਨ ਤੋਂ ਇੰਡੋਜ਼ ਟੀਵੀ ਵਾਲੇ ਕਵਰ ਕਰ ਰਹੇ ਆ ਤੇ ਨਾਲ ਮਾਝਾ ਕਲੱਬ ਵਾਲੇ ਮਤਲਬ ਚਲੋ ਉਹਨਾਂ ਨੂੰ ਸਾਨੂੰ ਨਹੀਂ ਪਤਾ ਕਿ ਕਿਵੇਂ ਖਬਰ ਪਹੁੰਚੀ ਉਹਨਾਂ ਤੱਕ ਉਹਨਾਂ ਨੇ ਉੱਥੇ ਜਾ ਕੇ ਕਵਰਿੰਗ ਵੀ ਕੀਤੀ ਸਾਰੇ ਪਲੇਅਰਸ ਨੂੰ ਮਤਲਬ ਪੁੱਛਿਆ ਈਵੈਂਟਸ ਬਾਰੇ ਉਹਨਾਂ ਦਾ ਖਾਣ ਪੀਣ ਦਾ ਸਾਰਾ ਕੁਛ ਪੁੱਛਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਅਸੀਂ ਜਦੋਂ ਮਾਝਾ ਕਲੱਬ ਵਾਲੇ ਸਾਨੂੰ ਉੱਥੇ ਜਾ ਕੇ ਪਰਿਵਾਰ ਜਿਹੜੇ ਮੈਂਬਰ ਮਿਲੇ ਨੇ ਉਹਨਾਂ ਨੇ ਬਹੁਤ ਹੱਲਾਸ਼ੇਰੀ ਸਾਰੇ ਪਲੇਅਰ ਨੂੰ ਦਿੱਤੀਆਂ ਸੀਗੀਆਂ ਤੇ ਵਕਫ ਵੀ ਕਰਦੇ ਰਹੇ ਉੱਥੇ ਜਾ ਕੇ ਸਾਰਾ ਸਾਰਾ ਦਿਨ ਉਹਨਾਂ ਨੇ ਬੈਠਣਾ ਤੇ ਆਪਣਾ ਦੇਖੋ ਕੰਮ ਛੱਡ ਕੇ ਉੱਥੇ ਜਾਂਦੇ ਸੀਗੇ ਤੇ ਮੈਂ ਤੇ ਬਹੁਤ ਥੈਂਕ ਯੂ ਕਰਦੀ ਉਹਨਾਂ ਦਾ ਕਿ ਉਹਨਾਂ ਨੇ ਸਾਨੂੰ ਉੱਥੇ ਜਾ ਕੇ ਤੇ ਕਵਰ ਅਪ ਕੀਤਾ ਆ ਬਤੌਰ ਮੈਂ ਆਖਰੀ ਸਵਾਲ ਦੇ ਵਿੱਚ ਤੁਹਾਨੂੰ ਲੈ ਕੇ ਚੱਲਦਾ ਬਤੌਰ ਪਲੇਅਰ ਬਤੌਰ ਖਿਡਾਰੀ ਬਿਲਕੁਲ ਕਾਫੀ ਕੁਛ ਜ਼ਿਹਨ ਦੇ ਵਿੱਚ ਹੁੰਦਾ ਹੈ ਕਿ ਅਗਰ ਅਗਲੀ ਵਾਰ ਸਾਨੂੰ ਮੌਕਾ ਮਿਲੇ ਜੇ ਸਾਨੂੰ ਇਸ ਤਰ੍ਹਾਂ ਦਾ ਮਾਹੌਲ ਮਿਲੇ ਤਾਂ ਅਸੀਂ ਇਸ ਤਰ੍ਹਾਂ ਦਾ ਪਰਫਾਰਮ ਕਰ ਸਕਦੇ ਹਾਂ ਬਿਲਕੁਲ ਉਹ ਜਿਹੜਾ ਛੁਪਿਆ ਹੋਇਆ ਕੁਛ ਕਿ ਇਸ ਤਰ੍ਹਾਂ ਹੋਵੇ ਤੇ ਅਸੀਂ ਇਸ ਤਰ੍ਹਾਂ ਕਰ ਸਕਦੇ ਹਾਂ ਉਹ ਅਗਰ ਵਿਅਕਤ ਕਰਨਾ ਚਾਹੋ ਦੇਖੋ ਜੀ ਅਸੀਂ ਤਾਂ ਚਾਹੁੰਦੇ ਹਾਂ ਵੀ ਆਪਣੇ ਪੰਜਾਬੀ ਉੱਥੇ ਪਹੁੰਚਣ ਬੱਚਿਆਂ ਨੂੰ ਲੈ ਕੇ ਉੱਥੇ ਪਹੁੰਚਣ ਜਦੋਂ ਕਿ ਸੈਚਰਡੇ ਸੰਡੇ ਹੀ ਕੰਪੀਟੀਸ਼ਨ ਸੀਗਾ ਅਥਲੈਟਿਕਸ ਦਾ ਜ਼ਿਆਦਾ ਵੀ ਆਪਣੇ ਪੰਜਾਬੀ ਬੱਚਿਆਂ ਨੂੰ ਲੈ ਕੇ ਜਾਣ ਅਸੀਂ ਵਧੀਆ ਪਰਫਾਰਮ ਵੀ ਕਰਾਂਗੇ ਤੇ ਪੰਜਾਬ ਇੰਡੀਆ ਦੇ ਵਿੱਚ ਵੀ ਜਦੋਂ ਜਾਵਾਂਗਾ ਸਾਰੇ ਲੋਕਾਂ ਨਾਲ ਇਹ ਦੱਸਿਆ ਜਾਵੇਗਾ ਵੀ ਸਾਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਹੈ ਵੇਖੋ ਹੁਣ ਤੁਸੀਂ ਟੀਵੀ ਵਾਲੇ ਕੱਲ੍ਹ ਗਏ ਹੋ ਜੀ ਉੱਥੇ ਤੇ ਕਿੰਨਾ ਇਨਫੋਰਮੇਸ਼ਨ ਨਿਕਲ ਕੇ ਆਈ ਤੁਹਾਡੇ ਸਾਹਮਣੇ ਵੀ ਤੇ ਅਸੀਂ ਵੀ ਪੋਜ਼ਿਟਿਵ ਪੁਆਇੰਟ ਜਿਹੜੇ ਨੇ ਉਹੀ ਆ ਵੀ ਵੇਖੋ ਭਰਾ ਜੀ ਹੁਣੀ ਗਏ ਮਾਝਾ ਕਲੱਬ ਵਾਲੇ ਕਿਉਂਕਿ ਪਹਿਲਾਂ ਅਸੀਂ ਇਹਨਾਂ ਨੂੰ ਨਹੀਂ ਜਾਣਦੇ ਸਿਰਫ ਇਹ ਬੰਦੇ ਸਿੰਗਲ ਬੰਦੇ ਸੀ ਜਿਹੜੇ ਉੱਥੇ ਪਹੁੰਚੇ ਸੀ ਤੇ ਅਸੀਂ ਇਹਨਾਂ ਨੂੰ ਦੱਸਿਆ ਸੀ ਵੀ ਆਹ ਗੱਲ ਹੈ ਤੇ ਇਹਨਾਂ ਕਿਹਾ ਵੀ ਅਸੀਂ ਤੇ ਅਸੀਂ ਤੁਹਾਡੇ ਨਾਲ ਤਿਆਰ ਆ ਸਾਡੇ ਵਾਸਤੇ ਜੋ ਸੇਵਾ ਲਾਓਗੇ ਅਸੀਂ ਕਰਨ ਨੂੰ ਤਿਆਰ ਆ ਵੀ ਵੇਖੋ ਤੁਸੀਂ ਜਿਹੜੀ ਗੱਲ ਦੱਸੀ ਹੈ ਵੀ ਪਹਿਲਾਂ ਵਾਕਈ ਤੰਗੀ ਆਈ ਹੈ ਪਰ ਬਾਅਦ ਵਿੱਚ ਸਾਨੂੰ ਬਹੁਤ ਸਪੋਰਟ ਹੁਣ ਮਿਲ ਰਹੀ ਤਾਂ ਅਸੀਂ ਚਾਹੁੰਦੇ ਹਾਂ ਵੀ ਜਦੋਂ ਕੋਈ ਇੱਥੇ ਖੇਡਾਂ ਵਾਸਤੇ ਕੋਈ ਆਵੇ ਤਾਂ ਉਹਨੂੰ ਪਹਿਲਾਂ ਜੇ ਸਪੋਰਟ ਮਿਲਦੀ ਜਾਵੇ ਤਾਂ ਹੋਰ ਵਧੀਆ ਕਰ ਸਕਣਗੇ ਸਾਰੇ ਜੀ ਬਿਲਕੁਲ ਜੀ ਧੰਨਵਾਦ ਕਰਦੇ ਹਾਂ ਚਰਚਾ ਕਾਫੀ ਆਪਣੀ ਲੰਬੀ ਚੱਲੀ ਹੈ ਪਰ ਕੋਸ਼ਿਸ਼ ਕੀਤੀ ਹੈ ਕਿ ਉਹ ਸਾਰੇ ਪਹਿਲੂਆਂ ਨੂੰ ਛੂਹਿਆ ਜਾਵੇ ਜਿਹੜੇ ਚੰਗੇ ਵੀ ਸਨ ਤੇ ਮੰਦੇ ਵੀ ਸਨ ਕਿਉਂਕਿ ਇਹਨਾਂ ਦੇ ਸਲੋਗਨ ਦੇ ਵਿੱਚ ਲਿਖਿਆ ਜੀ ਕਹਿੰਦੇ ਪਲੇਟ ਲਿਵ ਇਟ ਤੇ ਲਵ ਇਟ ਕੁਛ ਮਾੜਾ ਮੋਟਾ ਇੱਧਰ ਉੱਧਰ ਹੁੰਦਾ ਆ ਤੇ ਚਲੋ ਉਹਨੂੰ ਫਿਰ ਵੀ ਆਪਾਂ ਪਿਆਰ ਦੇ ਨਾਲ ਲਵ ਇਟ ਕਹਿ ਕੇ ਆਪਾਂ ਕਬੂਲ ਜ਼ਰੂਰ ਕਰਦੇ ਹਾਂ ਸੋ ਇਹ ਸਨ ਸਾਡੇ ਨਾਲ ਜਸਪਿੰਦਰ ਸਿੰਘ ਬਾਜਵਾ ਜੀ ਅੰਗਵਾਲ ਗੁਰਦਾਸਪੁਰ ਜ਼ਿਲ੍ਹੇ ਤੋਂ ਤੇ ਇਹ ਸਨ ਸਾਡੇ ਕੋਲ ਸਰਬਜੀਤ ਕੌਰ ਜੀ ਗੁਰਦਾਸਪੁਰ ਤੋਂ ਧੰਨਵਾਦ ਕਰਦੇ ਹਾਂ ਜੀ ਤੁਸੀਂ ਸਮਾਂ ਕੱਢਿਆ ਇੰਡਸਟਰੀ ਲਈ ਸਤਿ ਸ਼੍ਰੀ ਅਕਾਲ।